ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਕੱਠੇ ਹੋ ਕੇ ਬੈਠਦੇ ਹਾਂ ਥੈਂਕ ਯੂ ਸੋ ਮੱਚ ਕਿ ਜੁਆਇਨ ਕਰਦੇ ਹੋ ਗੱਲ ਕਰਦੇ ਹੋ ਕਾਲ ਕਰਦੇ ਹੋ ਈਮੇਲਸ ਲਿਖਦੇ ਹੋ ਯੂ ਨੋ ਬਿਫੋਰ ਦਾ ਸ਼ੋਅ ਆਫਟਰ ਦਾ ਸ਼ੋਅ ਕਾਲਸ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਇੱਕ ਅਸੀਂ ਸ਼ੇਅਰ ਕਰਦੇ ਹਾਂ ਇੱਥੇ ਜਿਹੜੇ ਗਰੁੱਪ ਦੇ ਵਿੱਚ ਕਾਮਨਨੈਸ ਕਿ ਹਾਂ ਸਭ ਦੀ ਗੱਲ ਸੁਣੀਏ ਵੀ ਆਰ ਕਿਊਰੀਅਸ ਐਂਡ ਯੂ ਨੋ ਆਪਣਾ ਘੰਟਾ ਇਸ ਪਿੱਛੇ ਦੇਈਏ ਪਰ ਸਾਰੇ ਅਸੀਂ ਜਿਹੜੇ ਇਕੱਠੇ ਬੈਠੇ ਹਾਂ ਭਾਵੇਂ ਉਹ ਜਸ ਪੰਜਾਬੀ ਦੇ ਹਾਂ ਇੰਡੀਅਨ ਪੰਜਾਬੀ ਡਾਇਸਪੋਰਾ ਇੱਕ ਕਾਮਨ ਡਰੀਮ ਅਮੈਰੀਕਨ ਡਰੀਮ ਜਿਹਨੂੰ ਕਹਿੰਦੇ ਹਾਂ ਇੱਕ ਫਰੀਡਮ ਦਾ ਡਰੀਮ ਇੱਕ ਜ਼ਿਆਦਾ ਕਮਾਨ ਦਾ ਡਰੀਮ ਯੂ ਨੋ ਮੇਕਿੰਗ ਇਟ ਬਿਗ ਜਿਹਨੂੰ ਕਹਿੰਦੇ ਹਾਂ ਉਹ ਸਾਰਿਆਂ ਨੂੰ ਸ਼ਾਇਦ ਯੂ ਨੋ ਉਹ ਕਾਮਨ ਹੈਗਾ ਸਾਡੇ ਸਾਰਿਆਂ 'ਚ ਜਿਹਦੇ ਕਰਕੇ ਸ਼ਾਇਦ ਇੱਥੇ ਆਏ ਹਾਂ ਆਈ ਨੋ ਕੋਈ ਕੋਈ ਹੈ ਹਾਲਾਤ ਡਿਫਰੈਂਟ ਹੋਏ ਹੋਣੇ ਪਰ ਜਿਸ ਮਰਜ਼ੀ ਸਟੇਜ ਤੋਂ ਇੰਡੀਆ ਵਿੱਚ ਸੀਗੇ ਪੰਜਾਬ 'ਚ ਸੀਗੇ ਅੱਗੇ ਕੋਈ ਨਾ ਕੋਈ ਚਾਹ ਹਸਰਤ ਜਿਹੜੀ ਕਿ ਹੋਰ ਬਿਹਤਰ ਕਰਨ ਵਾਸਤੇ ਇੱਥੇ ਪਹੁੰਚਾ ਦਿੰਦੀ ਹੈ ਔਰ ਫਿਰ ਇੱਥੇ ਰੋਕਦੀ ਹੈ ਮੈਨੂੰ ਬੜੀ ਕਈਆਂ ਦੀ ਯਾਦ ਮੇਰੇ ਮਾਮਾ ਜੀ ਕਹਿੰਦੇ ਹੁੰਦੇ ਸੀ ਕਿ ਮਿੱਠੀ ਜੇਲ੍ਹ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮਿੱਠੀ ਵੀ ਹੈ ਕਿ ਮਤਲਬ ਯੂ ਨੋ ਅਤੇ ਜੇਲ੍ਹ ਕਿਉਂ ਹੈ ਕਿ ਸਵੀਟ ਲੱਗਦੀ ਹੈ ਪਰ ਫਿਰ ਤੁਸੀਂ ਬੰਨੇ ਹੋਏ ਵੀ ਸਮਝਦੇ ਹੋ ਆਪਣੇ ਆਪ ਨੂੰ ਬੜਿਆਂ ਤੋਂ ਫਿਰ ਇਹ ਗੱਲ ਸੁਣੀ ਬਟ ਜੋ ਮੈਂ ਅੱਜ ਇਸ਼ਾਰਾ ਕਰ ਰਹੀ ਹਾਂ ਇਹ ਕਿ ਕਈ ਵਾਰੀ ਇੰਨੀ ਸਫਰਿੰਗ ਪਿੱਛੇ ਇਹਦੇ ਲੱਗਦਾ ਹੈ ਕਿ ਇੱਥੇ ਰਹਿਣ ਵਾਸਤੇ ਅਸੀਂ ਕੀ ਕੁਛ ਗਿਵ ਅਪ ਕਰਦੇ ਹਾਂ ਬੱਚਿਆਂ ਨਾਲ ਸੈਪਰੇਸ਼ਨ ਜਾਂ ਕਈ ਵਾਰੀ ਹਸਬੈਂਡ ਵਾਈਫ ਆਪਸ ਵਿੱਚ ਸੈਪਰੇਸ਼ਨ ਪੇਰੈਂਟਸ ਨਾਲ ਸੈਪਰੇਸ਼ਨ ਯੂ ਨੋ ਸਾਰੇ ਆਪਣੇ ਆਪਣੇ ਨਜ਼ਦੀਕੀ ਪਰਿਵਾਰ ਤੋਂ ਅਲੱਗ ਹੋ ਕੇ ਆਏ ਹੀ ਹਾਂ ਪਰ ਕਈ ਵਾਰੀ ਬਹੁਤ ਇਮੀਡੀਏਟਲੀ ਯੂ ਨੋ ਮਾਵਾਂ ਆਪਣੇ ਬੱਚਿਆਂ ਨੂੰ ਛੋੜ ਕੇ ਆਈਆਂ ਹੋਈਆਂ ਜਾਂ ਹਸਬੈਂਡਸ ਜਾਂ ਵਾਈਫਸ ਆਪਣੇ ਸਪਾਊਸਿਸ ਨੂੰ ਛੋੜ ਕੇ ਆਏ ਹੈ ਐਂਡ ਉਹ ਸਾਰੀ ਸਫਰਿੰਗ ਮੈਨੂੰ ਹਮੇਸ਼ਾ ਕਿਊਰੀਅਸ ਕਰਦੀ ਹੈ ਕਿ ਕੀ ਹੈ ਐਸਾ ਇਸ ਧਰਤੀ ਦੇ ਵਿੱਚ ਜਿਹੜਾ ਸਾਨੂੰ ਇੱਥੇ ਬਿਠਾ ਕੇ ਰੱਖਦਾ ਹੈ ਅੱਜ ਜਿਹੜੀ ਇੱਕ ਵੀਰ ਸਾਡੇ ਨਾਲ ਗੱਲ ਕਰ ਰਹੇ ਹੈ ਮਾਈ ਹਾਰਟ ਗੋਜ਼ ਆਊਟ ਟੂ ਹਿਮ ਰਾਈਟ ਨਾਓ ਇਸ ਕਪਲ ਨੂੰ ਵੀ ਔਰ ਖਾਸ ਤੌਰ ਇਸ ਵੀਰ ਨੂੰ ਵੀ ਕਿ ਮਤਲਬ ਕੀ ਕਹੀਏ ਇਹਨਾਂ ਨੂੰ ਦੁੱਖ ਹੁੰਦਾ ਸੁਣ ਕੇ ਜੋ ਸ਼ੇਅਰ ਕਰ ਰਹੇ ਨੇ ਕਹਿੰਦੇ ਨੇ 6 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਏ ਕਿ ਆਏ ਸੀ ਵੀਜ਼ਾ ਲੈ ਕੇ ਔਰ ਫਿਰ ਇੱਕ ਵਾਰੀ ਆ ਕੇ ਵਾਪਸ ਚਲੇ ਗਏ ਫਿਰ ਦੁਬਾਰਾ ਆਏ ਕਹਿੰਦੇ ਅਚਾਨਕ ਹੈ ਕਿ ਪਹਿਲੇ ਸਾਨੂੰ ਸਿਰਫ ਕੁਝ ਮਹੀਨੇ ਦਾ ਮਤਲਬ ਕਦੀ ਉਹ ਵੀਜ਼ਾ ਨਹੀਂ ਬਹੁਤ ਪਹਿਲੇ ਆਏ ਸੀ ਕਦੀ ਜਦੋਂ ਇਹ ਜਵਾਨ ਸੀਗੇ ਸੋ ਵਿਆਹ ਤੋਂ ਬਾਅਦ ਦੁਬਾਰਾ ਵੀਜ਼ਾ ਲੱਗ ਗਿਆ ਫਿਰ ਵਾਪਸ ਆਏ ਅਤੇ ਉਹ ਜਿਹੜਾ 6 ਮਹੀਨੇ ਦੀ ਐਂਟਰੀ ਹੁੰਦੀ ਹੈ ਉਹ ਖਰਾਬ ਕਰਤੀ ਦੋਨੋਂ ਹਸਬੈਂਡ ਵਾਈਫ ਇੱਥੇ ਹੀ ਰਹਿ ਗਏ ਕਹਿੰਦੇ ਬੜੀ ਵਾਰੀ ਸੋਚ ਇਹੀ ਆਉਂਦੀ ਸੀ ਕਿ ਜਾ ਕੇ ਸੇਵ ਕਰ ਲੈਂਦੇ ਪਰ ਇੰਨਾ ਪੈਸਾ ਨਹੀਂ ਸੀਗਾ ਉਹ ਦਿਨ ਹੋਰ ਸੀਗੇ ਜਦੋਂ ਜਵਾਨੀ 'ਚ ਆਏ ਸੀਗੇ ਅਤੇ ਬੜਾ ਪੈਸਾ ਬਣਾ ਲਿਆ ਸੀ ਇੱਥੇ ਪਰ ਹੁਣ ਨਾ ਤਾਂ ਉਨਾ ਬਣਦਾ ਅਤੇ ਲੱਗਿਆ ਕਿ ਜਾ ਕੇ ਵਾਪਸ ਆਵਾਂਗੇ ਅਤੇ ਫਿਰ ਉੱਥੇ ਹੀ ਰਹਿ ਜਾਵਾਂਗੇ ਅਤੇ ਹੁਣ ਉਨੀ ਹਿੰਮਤ ਉਨੀ ਜਾਨ ਨਹੀਂ ਹੈਗੀ ਸੋ ਮੁਕਦੀ ਗੱਲ ਹੈ ਕਿ ਇਹਨਾਂ ਦੇ ਦੋ ਮੁੰਡੇ ਨੇ ਇੱਕ ਮੁੰਡਾ ਪਿੱਛੋਂ ਇਹਨਾਂ ਦੇ 6 ਸਾਲ ਦੇ ਪਿੱਛੇ ਜਦੋਂ ਇਹ ਇੱਥੇ ਸੀ ਹਸਬੈਂਡ ਵਾਈਫ ਅਤੇ ਚਾਚੇ ਨੇ ਵਿਆਹ ਕੀਤਾ ਇਹ ਜਾ ਨਹੀਂ ਸਕੇ ਉਹਦੇ 'ਚ ਸੋ ਉਹ ਵੀ ਯੂ ਨੋ ਇੱਕ ਆਪਣੇ ਪੁੱਤਰ ਦਾ ਵਿਆਹ ਕਰਨਾ ਔਰ ਆਪਣੀ ਐਬਸੈਂਸ ਦੇ ਵਿੱਚ ਉਹ ਵੀ ਆਈ ਐਮ ਸ਼ੋਰ ਯੂ ਗੋ ਥਰੂ ਸੋ ਮੈਨੀ ਇਮੋਸ਼ਨਸ ਸਪੈਸ਼ਲੀ ਮੋਮਸ ਪਰ ਉਸ ਤੋਂ ਬਾਅਦ ਕਿ ਪਿੱਛੇ 1.5 ਸਾਲ ਪਹਿਲੇ ਜਿਹੜਾ ਛੋਟਾ ਮੁੰਡਾ ਹੈ ਉਹ 15 ਸਾਲਾਂ ਦਾ ਸੀ ਸਿਰਫ 15-16 ਸਾਲਾਂ ਦਾ ਉਹ ਕਿਸੇ ਐਕਸੀਡੈਂਟ ਦੇ ਵਿੱਚ ਉਸ ਤੋਂ ਬਾਅਦ 2 ਹਫ਼ਤੇ ਉਹ ਬਿਮਾਰ ਰਿਹਾ ਔਰ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੋ ਇਸ ਚੀਜ਼ ਨੂੰ 1.5 ਸਾਲ ਕਹਿੰਦੇ ਹੋ ਗਿਆ ਅਸੀਂ ਤਾਂ ਵੀ ਨਹੀਂ ਜਾ ਸਕੇ ਜਦੋਂ ਐਕਸੀਡੈਂਟ ਹੋਇਆ ਤਾਂ ਬੜੀ ਸ਼ਸ਼ੋਪੰਚ ਕਿ ਚਲੇ ਜਾਈਏ ਕਿ ਨਹੀਂ ਅਤੇ ਇਹਨਾਂ ਦੇ ਜਿਹੜਾ ਬ੍ਰਦਰ ਹੈ ਉਹਦੇ ਕੋਲ ਉਹ ਮੁੰਡਾ ਸੀਗਾ ਉਹਨੇ ਬੜਾ ਕਿਹਾ ਕਿ ਨਹੀਂ ਨਹੀਂ ਕੋਈ ਆਉਣ ਦੀ ਹੁਣ ਇੰਨੀ ਦੇਰ ਕਰ ਲਈ ਹੈ ਅਤੇ ਹੁਣ ਕੋਈ ਫਾਇਦਾ ਨਹੀਂ ਕੋਈ ਤੁਸੀਂ ਕੱਲ੍ਹ ਹੀ ਨਾ ਕਰੋ ਸੋ ਠੀਕ ਹੋ ਜਾਏਗਾ ਕੁਛ ਨਹੀਂ ਹੈ ਉਹਦੇ ਪਿੱਛੇ ਹੀ ਤੁਸੀਂ ਉੱਥੇ ਹੋ ਸਾਰੀਆਂ ਗੱਲਾਂ ਕਿ ਉਹਦੇ ਫਿਊਚਰ ਵਾਸਤੇ ਹੀ ਤੁਸੀਂ ਉੱਥੇ ਹੋ ਕਮਾਉਣ ਵਾਸਤੇ ਇੱਥੇ ਉੱਥੇ ਆ ਕੇ ਕੀ ਕਰੋਗੇ ਸੋ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਜਿਹਦੀ ਵੀ ਯੂ ਨੋ ਸਲਾਹ ਸੀਗੀ ਪਰ ਫਾਈਨਲੀ ਅਫਕੋਰਸ ਇਹਨਾਂ ਦਾ ਡਿਸੀਜਨ ਸੀ ਅਤੇ ਇਹ ਨਹੀਂ ਗਏ ਮੁੰਡਾ ਗੁਜ਼ਰ ਗਿਆ ਕਹਿੰਦੇ ਵਾਈਫ ਹੁਣ ਇੰਨੀ
सदमे च है, मतलब सदमे च भी ये नहीं कि काम नहीं कर रही, सब कुछ कर रही है, दोनों असी काम कर रहे हैं, पर समहाउ उन्हें गिल्टी फीलिंग है, मेरे तो गुस्से है कि उन्हें अजीब जहा अपना तरीका बना लिया, या पाठ कर दी है या किसी के घर केयर टेकर काम कर दी है, खूब काम कर दी है, पर एक हसबेंड वाइफ का रिश्ता भी नहीं रखना चाह रही एक तरह नाल। उन्हों कहते इन्हों लगता है कि वो काफ़ी अपने आप में भी दोषी ठहरा है कि मैं क्यों नहीं चली गई, और इन्हों भी ठहरा है कि तुसी उन्हों लगता है कि शायद ये डिफरेंट डिसीजन लेंदे उस वेले तो मुंडा बच जाता, सो मतलब पहुँच जाते उदा इलाज च कमी रह गई या की होया। सो राइट नाउ कहते रीसेंटली हूँ चली जा रहा, मैं सोचा कि आई अंडरस्टैंड कि माँ है तो उन्हों मेरे तो मतलब मैनू भी सदमा है, पर मेरा तरीका हो रहा है, टाइम गुजरी जा रहा, हूँ 1.5 साल हो गया इस चीज़ को। सो हूँ इन्हों लगता है कि रीसेंटली वाइफ ने किसी नू कह के कि जॉब अब शहर तो दूजे शहर च लै ली है, सो पूरा हफ्ता बाहर रहती है, किसी के घर काम करती है, बेबी दी केयर टेकर ते नाले हाउस कीपिंग जिवें घर दा उत्थे ही रहती है, हफ्ते च एक दिन आती है, वह भी अगर ना आना पे तो वह कहेगी कि ठीक है मैनू नहीं, सो छुट्टी मिलती है, हफ्ते च एक दिन आती है, उस भी कोई हसबेंड वाइफ वाला रिलेशनशिप नहीं मेरे नाल, एक बड़ी मतलब जी की गल है उसकी, और एक डिफरेंट जहा हो गया। तो कहते मैं इन्ना फ्रस्ट्रेटेड हाँ, मैं लगता मैं सडनली बहुत लोनली हो गया, मैनू ये वाला काम नहीं चाहिए अपनी वाइफ का, मैनू मेरे नाल चाहिए है, और ठीक है कि वो अफसोस मना रही है पर अगे बढ़े। सो आई नो हाउ टू डील विद ग्रीफ, सब का डिफरेंट डिफरेंट है कि जो कोई सदमे की गल होए उन्हें किस तरह असी डील करते हैं। सॉरी, सब का अपना एक टाइम लैन का तरीका है, एक डील करन का तरीका है, बट इस वेले ये बड़े फ्रस्ट्रेटेड है, ये कहते हैं मैनू प्लीज़ किसी तरह दसो ताकि मेरी वोटी वापस मेरे को आ जाए, या फिर मेरा कुछ होए, नहीं तो मेरे तो नहीं सहार नहीं हो रहा। मैनू पुत्र का तो मैं मैनू हैगा कि जो होना सी वही होया, बट ए मैनू ठीक नहीं लग रहा कि वाइफ दूसरे शहर जाके कॉल कर मतलब काम करन लग गई है, एंड कोई रिश्ता भी नहीं रख रही। ठीक है कोई ये नहीं है कि गुस्से है, बोलती नहीं है, ऐसा कुछ नहीं है, बट समहाउ उन्हों ना कोई फिजिकल रिलेशनशिप इंटरस्ट रहा है, बस या भगती करती है या काम करती है, होर किसी नाल लेना देना नहीं है, पर किसी नाल ना होवे मेरे नाल तो रवे, नहीं तो मैं की करा, मैं कितने जावा। सो ये इन्हों का सवाल है, प्लीज़ आई नो जिथे सानू उन्हां नाल पूरी हमदर्दी है, नाल ही समझ नहीं आता कि बंदा कहे की सुजैस करिए इन्हों। सो तुसी जरूर ध्यान नाल दोबारा सुनो कि मैं क्या है तुहानू की स्टोरी है, देखते हैं सारे की कहते हैं। वी टोटली अंडरस्टैंड के आई मीन गलत होएगा कहना कि टोटली अंडरस्टैंड, क्योंकि जिस तक कोई क्लोज जाता है वो कि मानसिक स्थिति होगी असं सिर्फ इमेजिन ही कर सकते हो, बट दूजे पास देखिए स्टेटिस्टिकली हर बंदा डिफरेंट तरीके नाल डील करता है, हर किसी नू ओवरऑल जनरली कहिए तो टाइम बहुत वधिया हीलर है, पर फिर भी किस तरह वो लाइफ चेंजिंग एक्सपीरियंस हो सकता है, जिंदगी डिफरेंट दिखन लग जाती है, ऐ मन चुकी है सारे यू नो रिसर्चर्स साइंटिस्ट आम जड़ा इंसान एक्सपीरियंस करता है कि वो एक लाइफ चेंजिंग एक्सपीरियंसेस होंगे। सो किसी विच हो सकते हैं किसी विच नहीं, सो ये जो डिफरेंस महसूस कर रहे हैं इस वेले ओदा मेन कॉन्फ्लिक्ट है कि एज अ हसबेंड मैं की करा, अगर वो अगे नहीं मैं बहुत परेशान हाँ, मैनू भी बहुत वड्डा लॉस होया, पर अगर उन्हें दुनिया छड़ती है तो मैनू की करना चाहिए इस वेले, हाउ डू आई यू नो डील विद दिस, मैं किस तरह इस चीज़ नाल ओके हुआ, क्योंकि मैं लोनली हो गया बहुत। लेट्स सी सारे की कह रहे हैं, ज़रूर कॉल करो। हेलो, हेलो, सत श्री अकाल, सत श्री अकाल करम जी, दसो की कह दे हो। बहुत ज्यादा ना तकलीफ हो रही है सुन के, बहुत दुख फील हो रहा है। जी 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 हाँ जी, मैं इन्हें कहना चाहूंगी इस आज के टॉपिक बारे, क्योंकि जो उन्होंने वाइफ भाजी की वाइफ नहीं गल कर रहे तो ओ रीजन भी जो अपने आप में जगह से रख के देखी ना
ਇਹ ਵੀ ਰੀਜ਼ਨ ਹੋ ਸਕਦਾ ਕਿਉਂਕਿ ਮਤਲਬ ਉਹ ਮਾਂ ਉਹ ਚਾਹੁੰਦੀ ਹੋਊਗੀ ਵੀ ਮੈਂ ਜਾਵਾਂ ਆਪਣੇ ਬੇਟੇ ਕੋਲ, ਹੈ ਨਾ, ਪਰ ਉਹਨਾਂ ਦੇ ਜਿਹੜੀ ਫੈਮਿਲੀ ਆ ਉਹਨਾਂ ਨੇ ਪੂਰਾ ਕਲੀਅਰ ਨਹੀਂ ਦੱਸਿਆ ਵੀ ਬੱਚੇ ਦੀ ਕੀ ਹਾਲਤ ਆ ਕੀ ਨਹੀਂ. ਇਹਨਾਂ ਨੇ ਆਪਣੇ ਪਰਿਵਾਰ ਦੀ, ਉਹਨਾਂ ਨੂੰ ਇਹ ਵੀ ਦੁੱਖ ਹੋਊਗਾ ਵੀ ਇਹਨਾਂ ਨੇ ਆਪਣੇ ਬ੍ਰਦਰ ਦੀ ਗੱਲ ਸੁਣੀ ਕਿ ਉਹਦੇ ਪਿੱਛੇ ਲੱਗ ਕੇ ਜਾਂ ਕਿਵੇਂ ਵੀ ਇੱਥੇ ਰੁਕ ਗਏ ਵੀ ਆਪਣੇ ਬੱਚੇ ਕੋਲ ਅਸੀਂ ਜਾ ਨਹੀਂ ਸਕੇ, ਹੈ ਨਾ. ਤੇ ਉਹ ਚੀਜ਼ ਨੂੰ ਲੈ ਕੇ ਵੀ ਉਹ ਅੰਦਰੋਂ ਅੰਦਰ ਗੁੱਸਾ ਵੀ ਹੋਊਗੀ ਤੇ ਇਹਨਾਂ ਤੇ ਵੀ ਭਾਜੀ ਤੇ ਵੀ ਉਹਨੂੰ ਇਹ ਚੀਜ਼ ਦੀ ਤਕਲੀਫ ਜ਼ਰੂਰ ਹੋਊਗੀ ਵੀ ਅਸੀਂ ਮਤਲਬ ਪੈਸੇ ਪਿੱਛੇ ਕਹਿ ਲਓ ਜਾਂ ਇੱਥੋਂ ਦੇ ਸੁੱਖ ਪਿੱਛੇ ਕਹਿ ਲਓ ਵੀ ਅਸੀਂ ਰੁਕ ਗਏ ਕਿ ਅਸੀਂ ਉੱਥੋਂ ਵੀ ਆਪਣੇ ਬੱਚੇ ਨੂੰ ਮਤਲਬ ਬੱਚਾ ਵੀ ਉਹੀ ਵੀ ਫੈਮਿਲੀ ਜ਼ਿਆਦਾ ਪਰਿਵਾਰ ਜ਼ਿਆਦਾ ਇੰਪੋਰਟੈਂਟ ਹੁੰਦਾ. ਮਤਲਬ ਕਿਸੇ ਵੀ ਚੀਜ਼ ਨਾਲ ਭਾਵੇਂ ਬੰਦਾ ਅੱਧੀ ਖਾ ਲਵੇ ਜਾ ਕੇ ਆਪਣੇ ਜਿੱਥੇ ਤੁਸੀਂ ਪਰਿਵਾਰ 'ਚ ਖੁਸ਼ ਹਾਂ ਖੁਸ਼ੀ ਨਾਲ ਬੈਠਣਾ, ਤਾਂ ਮਤਲਬ ਇਹ ਚੀਜ਼ ਜ਼ਰੂਰੀ ਸੀ ਉਹਦੇ ਲਈ. ਮਤਲਬ ਉਹ ਚਾਹੁੰਦੇ ਹੋਣਗੇ ਅੰਦਰੋਂ ਵੀ ਮੈਂ ਚਲੀ ਜਾਵਾਂ ਉੱਥੇ, ਪਰ ਪਿੱਛੇ ਵੀ ਮੈਂ ਇੱਕ ਚੀਜ਼ ਹੋਰ ਜ਼ਰੂਰ ਕਹਿਣਾ ਚਾਹੂੰਗੀ ਕਿ ਪਿੱਛੇ ਜਿਵੇਂ ਆਪਣੀ ਫੈਮਿਲੀ ਜੋ ਵੀ ਜੋ ਵੀ ਦੱਸ ਰਹੇ ਸੀ ਜਾਂ ਕਹਿ ਰਹੇ, ਹੋ ਸਕਦਾ ਉਹਨਾਂ ਨੂੰ ਆਪਣਾ ਵੀ ਹੋਵੇ ਕਿ ਤੁਸੀਂ ਇੱਥੇ ਰੁਕੇ ਹੋਣਗੇ, ਪੱਕੇ ਹੋਣਗੇ, ਕੱਲ ਨੂੰ ਸਾਡਾ ਵੀ ਕੋਈ ਰਸਤਾ ਬਣੂਗਾ ਜਾਂ ਕੁਛ ਵੀ ਆ. ਇਹ ਚੀਜ਼ਾਂ ਬਾਰੇ ਵੀ ਜ਼ਰੂਰ ਇੱਥੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਨਾ, ਵੀ ਕਈ ਪਾਸੇ ਹੁੰਦੇ ਮਤਲਬ ਕਈ ਸਾਈਡਸ ਹੁੰਦੀਆਂ ਹਰ ਚੀਜ਼ ਨੂੰ ਦੇਖਣ ਦੀਆਂ, ਕਿ ਉਹਨਾਂ ਨੇ ਆਪਣੇ ਸਵਾਰਥ ਪਿੱਛੇ ਨਹੀਂ ਦੱਸਿਆ ਕਿ ਬੱਚੇ ਦੀ ਹਾਲਤ ਕ੍ਰਿਟੀਕਲ ਹੈਗੀ ਆ ਜਾਂ ਕੁਛ ਵੀ. ਤੇ ਇੱਧਰੋਂ ਇਹਨਾਂ ਨੂੰ ਜ਼ਰੂਰ ਦੁੱਖ ਤਾਂ ਹੈ, ਦੁੱਖ ਵਾਲੀ ਗੱਲ ਤਾਂ ਹੈਗੀ ਆ, ਗੁੱਸੇ ਵਾਲੀ, ਗੁੱਸਾ ਤੇ ਦੁੱਖ ਦੋਨੋਂ ਹੀ ਮਿਕਸ ਆ, ਪਰ ਹੁਣ ਭਾਜੀ ਨੂੰ ਚਾਹੀਦਾ ਵੀ ਉਹਨਾਂ ਨਾਲ ਬੈਠ ਕੇ ਗੱਲ ਕਰਨ ਵੀ ਉਹਨੂੰ ਪਿਆਰ ਨਾਲ ਹਰ ਮਤਲਬ ਉਹਨੂੰ ਇੰਨਾ ਪਿਆਰ ਆਪਣੀ ਵਾਈਫ ਨੂੰ ਦੇਣ ਕਿ ਉਹ ਕਮ ਸੇ ਕਮ ਇਹਨਾਂ ਕੋਲ ਫੁੱਟ ਫੁੱਟ ਕੇ ਰੋ ਤਾਂ ਸਕੇ ਆਪਣੇ ਬੱਚੇ ਲਈ, ਹੈ ਨਾ, ਕੋਈ ਗੱਲ ਤਾਂ ਕਲੀਅਰ ਕਰ ਸਕੇ, ਉਹਦੇ ਮਨ ਦਾ ਦੁੱਖ ਤਾਂ ਨਿਕਲ ਸਕੇ. ਇਹਨਾਂ ਨੂੰ ਵੀ ਐਫਰਟ ਕਰਨਾ ਪੈਣਾ, ਜਦੋਂ ਉਹ ਆਪਣੀ ਤਕਲੀਫ ਚੋਂ ਬਾਹਰ ਆਊਗੀ ਇਹਨਾਂ ਦਾ ਦੁੱਖ ਵੀ ਥੋੜਾ ਹਲਕਾ ਹੋਊਗਾ, ਇਹ ਵੀ ਥੋੜਾ ਆਪਣੇ ਆਪ ਨੂੰ ਮਤਲਬ ਆਪਣੇ ਦੁੱਖ ਚੋਂ ਇਹ ਵੀ ਬਾਹਰ, ਜਦੋਂ ਇਹਨਾਂ ਦੀ ਵਾਈਫ ਆਊਗੀ ਜਿਵੇਂ ਜਿਵੇਂ ਬਾਹਰ, ਇਹ ਵੀ ਦੁੱਖ ਤੋਂ ਬਾਹਰ ਆਉਣਗੇ. ਦੋਨੇ ਚੀਜ਼ ਜਦੋਂ ਇੱਕ ਦੂਸਰੇ ਨਾਲ ਆਪਦਾ ਦੁੱਖ ਸ਼ੇਅਰ ਕਰਨਗੇ ਫਿਰ ਗੱਲ ਵੱਖਰੀ ਹੋ ਜਾਣੀ ਆ. ਪਹਿਲਾਂ ਇਹਨਾਂ ਨੂੰ ਆਪਣੀ ਵਾਈਫ ਨੂੰ ਉਸ ਚੀਜ਼ ਚੋਂ ਦੁੱਖ ਚੋਂ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਦੁੱਖ ਨੂੰ ਬਾਹਰ, ਦੁੱਖ ਚੋਂ ਉਹਨਾਂ ਨੂੰ ਬਾਹਰ ਲੈ ਕੇ ਆਉਣ. ਬਹੁਤ ਵਧੀਆ, ਥੈਂਕ ਯੂ ਸੋ ਮਚ ਕਰਮਜੀਤ. ਥੈਂਕ ਯੂ ਸੋ ਮਚ. ਆਈ ਥਿੰਕ ਬਹੁਤ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਕਿ ਸ਼ੀ ਹੀ ਹੈਜ਼ ਟੂ ਹੈਲਪ ਹਰ ਕਿ ਉਹ ਇਸ ਚੋਂ ਬਾਹਰ ਨਿਕਲਣ. ਕਿਸ ਤਰ੍ਹਾਂ ਹੈਲਪ ਕਰ ਸਕਦੇ ਉਹਦੀ ਵੀ ਅਸੀਂ ਗੱਲ ਕਰਾਂਗੇ, ਪਰ ਬੜਾ ਜ਼ਰੂਰੀ ਹੈ. ਇਸ ਤਰ੍ਹਾਂ ਪੁਰਾਣੀਆਂ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨਾ, ਕਿ ਜਦੋਂ ਕੋਈ ਪੂਰਾ ਹੁੰਦਾ ਤਾਂ ਅਸੀਂ ਇਕੱਠੇ ਬੈਠਦੇ ਹਾਂ, ਇੱਕ ਦੂਜੇ ਦੇ ਘਰ ਜਾਂਦੇ ਹਾਂ. ਚਲੋ ਅੱਜ ਕੱਲ੍ਹ ਹੋਰ ਹੋ ਗਿਆ ਵੀ ਚਲੋ ਕੀਰਤਨ ਕਰੀ ਜਾਂਦੇ ਹਾਂ, ਜਿੰਨਾ ਦਿਲ ਕਰਦਾ ਬੰਦਾ ਰੋ ਲਵੇ ਮਿਲ ਕੇ. ਫਿਰ ਜਿਹੜਾ ਫਿਊਨਰਲ ਹੈਗਾ ਉਸ ਵੇਲੇ ਤੁਹਾਡਾ ਚੰਗਾ ਰੋਣਾ ਨਿਕਲ ਜਾਂਦਾ, ਉਹਦਾ ਬੜਾ ਮਾਇਨੇ ਹੈ. ਸਾਰੇ ਮਿਲ ਕੇ ਉਸ ਚੀਜ਼ ਨੂੰ ਇੱਕ ਤਰ੍ਹਾਂ ਨਾਲ ਉਹ, ਇੱਥੇ ਜਦੋਂ ਉਹ ਇਕੱਲੇ ਇਕੱਲੇ ਰਹਿ ਗਏ ਫਿਰ ਇੱਕ ਦੂਜੇ ਨਾਲ, ਇੱਕ ਦੂਜੇ ਤੋਂ ਗੁੱਸੇ ਆ, ਆਪਣੇ ਆਪ ਤੋਂ ਗੁੱਸੇ ਆ, ਦੂਜੇ ਤੋਂ ਗੁੱਸੇ ਆ, ਉਹਦੇ 'ਚੋਂ ਜਿਸ ਤਰ੍ਹਾਂ ਕਰਮਜੀਤ ਕਹਿ ਰਹੀ ਹੈ ਸਹੀ ਲੱਗਦਾ ਕਿ ਉਹ ਖੁੱਲ੍ਹ ਕੇ ਫੁੱਟ ਫੁੱਟ ਕੇ ਰੋਈ ਵੀ ਨਹੀਂ ਸ਼ਾਇਦ. ਸੋ ਉਹ ਲੋੜ ਹੈ, ਬਹੁਤ ਲੋੜ ਹੈ ਉਸ ਚੀਜ਼ ਦੀ. ਕਿਸ ਤਰ੍ਹਾਂ ਇਹ ਹੈਲਪ ਕਰ ਸਕਦੇ ਨੇ, ਹੋਰ ਪੁੱਛਦੇ ਹਾਂ ਸਾਰਿਆਂ ਨੂੰ. ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ. ਅੱਜ ਮੈਂ ਕਹਾਂਗੀ ਬੜਾ ਅਫਸੋਸ ਹੈਗਾ ਵੀ, ਅਫਸੋਸ ਹੋਇਆ ਵੀ ਜਵਾਨ ਪੁੱਤਰ ਏਦਾਂ ਪੂਰਾ ਹੋ ਗਿਆ, ਅਸੀਂ ਸਮਝ ਸਕਦੇ ਹਾਂ. ਤੇ ਮੈਂ ਕਹਾਂਗੀ ਇਹ ਬੈਠ ਕੇ ਨਾ ਆਪਣੇ ਵਾਈਫ ਨਾਲ ਜਦੋਂ ਘਰੇ ਹੋਣਗੇ ਗੱਲ ਕਰਨ, ਵੀ ਜੋ ਇਹ ਮਹਿਸੂਸ ਕਰਦੇ ਆ ਨਾ, ਤੇ ਜੋ ਉਹ, ਮੈਂ ਕਹਾਂਗੀ ਪਹਿਲਾਂ ਤਾਂ ਉਹ ਜੋਬ ਉਹਨਾਂ ਨੂੰ ਕਹਿ ਦੇਣ ਬਈ ਨਾ ਜਾਣ ਉੱਥੇ, ਬਈ ਉੱਥੇ ਲੋੜ ਨਹੀਂ ਹੈਗੀ ਜਾਣ ਦੀ. ਉਹ ਜਿੱਦਾਂ ਗਿਲਡ ਦੇ ਵਿੱਚ ਸਟਕ ਹੋਏ ਹੁੰਦੇ ਆ ਨਾ, ਤਾਂ ਹੀ ਮੂਵ ਆਨ ਨਹੀਂ ਕਰ ਸਕਦੇ, ਤੇ ਆਪਣੇ ਆਪ ਨੂੰ ਡਿਸਟਰੈਕਟ ਕਰ ਰਹੇ ਆ ਚੀਜ਼ਾਂ ਦੇ ਨਾਲ, ਬਜਾਏ ਡੀਲ ਕਰਦੇ ਉਹ ਜਿਹੜਾ ਲਾਅ. ਪਰ ਜਸਪ੍ਰੀਤ ਇਸ ਵੇਲੇ ਉਹ ਅਮੈਰੀਕਨ ਡ੍ਰੀਮ, ਕਿ ਬਈ ਡ੍ਰੀਮ ਵੀ ਨਹੀਂ ਕਿ ਇੱਕ ਚੀਜ਼ ਤਾਂ ਉਹ 6 ਸਾਲਾਂ ਤੋਂ ਇੱਥੇ ਸਿੱਖੀ ਕਿ ਹਰ ਬੰਦਾ ਆਪਣੀ ਮਰਜ਼ੀ ਕਰ ਸਕਦਾ ਹੈ. ਇਸ ਵੇਲੇ ਉਹ ਸਿਰਫ ਉਹਨਾਂ ਨੂੰ ਇਸ ਪਿੱਛੇ ਰੋਕਣਗੇ ਕਿ ਨਹੀਂ ਤੁਸੀਂ ਜਾਓ ਨਾ, ਕੰਮ 'ਤੇ ਨਾ ਜਾਓ ਉਸ ਜਗ੍ਹਾ 'ਤੇ, ਸ਼ਾਇਦ ਇਟ ਵੋਂਟ ਵਰਕ. ਉਹ ਕਾਮਨ ਡਿਸੀਜਨ ਹੋਣਾ ਚਾਹੀਦਾ, ਉਸ ਜਨਾਨੀ ਦਾ ਆਪਣਾ ਡਿਸੀਜਨ ਹੋਣਾ ਚਾਹੀਦਾ ਵੀ ਮੈਂ ਨਹੀਂ ਜਾਣਾ. ਔਰ ਉਹ ਕਹਿ ਦੇਣਾ ਵੀ ਉਹਨਾਂ ਨੂੰ ਲੋੜ ਨਹੀਂ ਹੈਗੀ ਕੰਮ ਕਰਨ ਦੀ, ਰਾਈਟ? ਫਾਈਨੈਂਸ਼ਲੀ ਤਾਂ ਉਹ ਨਹੀਂ, ਸ਼ੀ ਡਸਨਟ ਨੀਡ ਟੂ ਡੂ ਦੈਟ, ਰਾਈਟ? ਨੋ, ਦੇ ਹੈਵ ਟੂ, ਦੇ ਹੈ, ਦੋਨੋਂ ਕੰਮ ਕਰ ਰਹੇ ਨੇ ਇੰਨੀ ਦੇਰ ਤੋਂ, ਹੋਰ ਕਿਸ ਤਰ੍ਹਾਂ? ਦੇ ਹੈਵ ਬੋਥ ਨੀਡ ਟੂ ਵਰਕ. ਓਕੇ, ਲੋੜ ਹੈਗੀ ਆ. ਆਫ ਕੋਰਸ ਮੈਂ ਕਹਾਂਗੀ ਦੇ ਨੀਡ ਗਰੀਫ ਕਾਉਂਸਲਿੰਗ ਦਾ, ਬਿਕਾਜ਼
ਉਹਨਾਂ ਨੂੰ ਵਾਈਫ ਨੂੰ ਮੂਵ ਆਨ ਕਰਾਣਾ ਕਿ ਉਹ ਹੁਣ ਜੋ ਹੋਇਆ ਟ੍ਰੈਜਿਕ ਹੋਇਆ ਅਨਐਕਸਪੈਕਟਿਡ ਆ, ਉਹ ਡੈਥ ਦਾ ਲੋਸ ਜ਼ਿਆਦਾ ਫੀਲ ਹੁੰਦਾ। ਮੈਂ ਦੱਸਦੀ ਹਾਂ, ਕੁਛ ਮਹੀਨੇ ਪਹਿਲਾਂ ਨਾ ਇੰਡੀਆ ਦੇ ਵਿੱਚ ਮੇਰੇ ਭੂਆ ਜੀ ਦਾ ਪੋਤਾ ਪੂਰਾ ਹੋ ਗਿਆ ਸੀਗਾ, ਜਵਾਨ 25 ਸਾਲ ਦਾ ਹੋਣਾ ਜੀ। ਬੜਾ ਅਨਐਕਸਪੈਕਟਿਡ, ਉਹਦੀ ਗੱਡੀ ਬਰੋਟਾ ਦੇ ਦਰਖਤ ਤੇ ਵੱਜੀ ਇੰਨੀ ਜ਼ੋਰ ਦੀ, ਉਹ ਆਨ ਉੱਥੇ ਹੀ ਪੂਰਾ ਹੋ ਗਿਆ। ਤੇ ਮਤਲਬ ਹਲੇ ਵੀ ਉਹ ਡੈਡੀ ਕਹਿੰਦੇ ਹੁੰਦੇ ਆ ਬਈ ਵਾਹਿਗੁਰੂ ਦਾ ਭਾਣਾ ਵਾਪਰਿਆ ਹੈਗਾ, ਉਹ ਮੰਨਣਾ ਹੈਗਾ। ਤੇ ਔਖਾ ਤਾਂ ਬਹੁਤ ਹੈਗਾ, ਕਹਿਣਾ ਸੌਖਾ, ਪਰ ਮੈਂ ਜੇ ਕਾਉਂਸਲਿੰਗ ਮਿਲ ਸਕਦੀ ਹੈ ਜਾਂ ਲੈ ਸਕਦੇ ਆ ਸਮਹਾਉ। ਠੀਕ ਹੈ ਜਸਪ੍ਰੀਤ, ਚਲੋ ਠੀਕ ਹੈ, ਤੁਸੀਂ ਵੀ ਆਪਣੇ ਕਲੈਕਟ ਕਰ ਲਓ ਥੋਟਸ। ਆਈ ਨੋ ਇਟਸ ਅ ਸੈਡ ਸਿਚੁਏਸ਼ਨ, ਐਂਡ ਉਹੀ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਸਮਝ ਨਹੀਂ ਆਉਂਦੀ ਬੰਦਾ ਕਹੇ ਕੀ, ਯੂ ਨੋ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਯੂ ਆਲਸੋ ਕਲੈਕਟ ਯੋਰ ਥੋਟਸ ਐਂਡ ਕਾਲ ਅਸ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਸਿੰਘ ਬੋਲਦਾ ਜੀ। ਹਾਂਜੀ ਗੁਰਦੀਪ ਸਿੰਘ ਜੀ, ਦੱਸੋ ਕੀ ਕਹਿੰਦੇ ਹੋ ਅੱਜ। ਏਦਾਂ ਹੁੰਦਾ ਜੀ ਕਿ ਜਦੋਂ ਆਦਮੀ ਨੂੰ ਮਾੜੀਆਂ ਯਾਦਾਂ ਸਤਾਉਣ ਲੱਗਦੀਆਂ ਤੇ ਆਦਮੀ ਆਪਣੇ ਆਪ ਨੂੰ ਕੰਮ ਵਿੱਚ ਜ਼ਿਆਦਾ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਲਈ ਉਹ ਜਿਹੜੀ ਲੇਡੀ ਹੈ ਉਹ ਆਪਣੇ ਆਪ ਨੂੰ ਬਿਜ਼ੀ ਕੰਮਾਂ ਦੇ ਵਿੱਚ ਰੱਖ ਰਹੀ ਹੈ। ਚਲੋ ਉਹਦੀ ਫਾਈਨੈਂਸ਼ੀਅਲ ਜ਼ਰੂਰਤ ਵੀ ਹੈ, ਪਰ ਉਹ ਜਦੋਂ ਇਕੱਲੀ ਹੁੰਦੀ ਹੈ ਤੇ ਉਹਨੂੰ ਮੁੜ ਮੁੜ ਗੱਲਾਂ ਸਤਾਉਂਦੀਆਂ, ਇਸ ਕਰਕੇ ਉਹ ਕੰਮ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖ ਰਹੀ ਹੈ। ਬਿਲਕੁਲ ਹਾਂਜੀ। ਦੂਜੀ ਗੱਲ ਹੈ ਕਿ ਮਰਨ ਤੋਂ ਬਾਅਦ ਦੁਨੀਆ ਪੂਜਦੀ ਆ, ਸਵਾਦ ਤਾਂ ਆ ਜੀ ਅਰਵਿੰਦ ਜੀ, ਜੇ ਆਪਾਂ ਜਿਉਂਦੇ ਜੀ ਉਹਦੀ ਇੱਜ਼ਤ ਮਾਣ ਕਰੀਏ। ਹੁਣ ਇਹਨਾਂ ਨੂੰ ਇਹ ਕਰਨਾ ਪੈਣਾ ਕਿ ਜੇ ਉਹ ਨਹੀਂ ਆਉਂਦੀ, ਕੰਮ ਦੀ ਵੀ ਜ਼ਰੂਰਤ ਆ, ਤਾਂ ਇਹ ਸੈਟਰਡੇ ਸੰਡੇ ਜਦੋਂ ਵੀ ਆਫ ਡੇ ਹੁੰਦਾ ਇਹ ਉਹਨਾਂ ਨੂੰ ਜਾਣ, ਉਹਨਾਂ ਨੂੰ ਮਿਲਣ ਔਰ ਉਹਨਾਂ ਨਾਲ ਕੁਛ ਟਾਈਮ ਬਿਤਾਇਆ ਕਰਨ, ਤੇ ਉਹਨਾਂ ਨੂੰ ਹੌਲੀ 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 ਜਦੋਂ ਇਹ ਟਾਈਮ ਬਿਤਾਉਣਗੇ ਉਹਨਾਂ ਨਾਲ ਤੇ ਜੋਬ ਵੀ ਨਹੀਂ ਜਾਏਗੀ, ਔਰ ਹੌਲੀ ਹੌਲੀ ਉਹ ਮੰਨ ਜਾਣਗੇ ਇਹਨਾਂ ਦੇ ਘਰ ਵਾਪਸ ਆਉਣ ਨੂੰ। ਔਰ ਜੇ ਕਦੀ ਇਹਨਾਂ ਕੋਲ 4 ਪੈਸੇ ਹੋ ਜਾਣ ਤਾਂ ਇੱਕ ਵਾਰ ਇੰਡੀਆ ਦਾ ਚੱਕਰ ਉਹਨਾਂ ਦਾ ਲਗਵਾ ਦੇਣ। ਉਹਨਾਂ ਦੇ ਦਿਲ ਨੂੰ ਇੰਨੀ ਠੇਸ ਲੱਗ ਚੁੱਕੀ ਆ ਕਿ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਇਸ ਲਈ ਉਹ ਆਪਣੇ ਆਪ ਨੂੰ ਕੰਮ ਦੇ ਵਿੱਚ ਬਿਜ਼ੀ ਰੱਖਦੀ ਆ ਜਾਂ ਪਾਠ ਵਿੱਚ ਬਿਜ਼ੀ ਰੱਖਦੀ ਆ, ਤਾਂ ਕਿ ਉਹ ਚੀਜ਼ ਦੀ ਜਿਹੜੀਆਂ ਪੁਰਾਣੀਆਂ ਬੇਸੁਰੀਆਂ ਯਾਦਾਂ ਨੇ ਉਹਦੇ ਦਿਮਾਗ ਵਿੱਚ ਨਾ ਆਉਣ। ਸੋ ਮੈਂ ਇੱਕ ਸ਼ੇਰ ਉਹਨਾਂ ਲਈ ਕਹਿੰਦਾ, ਹਰ ਜਲਤੇ ਦੀਏ ਤਲੇ ਅੰਧੇਰਾ ਹੋਤਾ ਹੈ, ਹਰ ਰਾਤ ਕੇ ਪੀਛੇ ਸਵੇਰਾ ਹੋਤਾ ਹੈ, ਲੋਕ ਡਰ ਜਾਤੇ ਹੈ ਮੁਸ਼ਕਲੋਂ ਕੋ ਦੇਖ ਕਰ, ਹਰ ਮੁਸ਼ਕਲ ਕੇ ਪੀਛੇ ਸਫਲਤਾ ਕਾ ਸਵੇਰਾ ਹੋਤਾ ਹੈ। ਸੋ ਵੀਰ ਜੀ ਨੂੰ ਮੇਰੀ ਰਿਕੁਐਸਟ ਹੈ ਕਿ ਜ਼ਰੂਰ ਸਫਲਤਾ ਮਿਲੇਗੀ, ਥੋੜ੍ਹੀ ਆਪ ਕੋਸ਼ਿਸ਼ ਕਰਨ, ਉਹਨਾਂ ਦੀ ਜਿੰਦਗੀ ਦੀ ਇੱਜ਼ਤ ਕਰਨ। ਮਰਨ ਤੋਂ ਬਾਅਦ ਦੁਨੀਆ ਪੁੱਛਦੀ ਆ, ਕੋਈ ਸਵਾਦ ਨਹੀਂ ਹੈ ਉਹਦੇ ਵਿੱਚ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਗੁਰਦੀਪ ਜੀ। ਹੋਰ ਪੁੱਛਦੇ ਆ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਆ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਗਿਆਨ ਸਿੰਘ ਜੀ, ਹਾਂਜੀ ਦੱਸੋ ਕੀ ਕਹਿੰਦੇ ਹੋ। ਮੈਂ ਤੁਹਾਨੂੰ ਛੋਟੀ ਗੱਲ ਹੀ ਕਰ ਦਊਂਗਾ, ਵੈਸੇ ਬੀਬੀਆਂ ਬਹੁਤ ਸਿਆਣੀਆਂ ਆ। ਹਾਂਜੀ, ਜੋ ਮੇਰਾ ਐਕਸਪੀਰੀਅੰਸ ਹੈ ਨਾ ਜੀ, ਹਾਂਜੀ, ਮਾਂ ਨੀ ਮਾੜੀ ਹੁੰਦੀ ਪੁੱਤਰ ਮਾੜਾ ਹੁੰਦਾ, ਭੈਣ ਨੀ ਮਾੜੀ ਹੁੰਦੀ ਭਰਾ ਮਾੜਾ ਹੁੰਦਾ, ਜਨਾਨੀ ਨੀ ਮਾੜੀ ਹੁੰਦੀ ਹਸਣ ਮਾੜਾ ਹੁੰਦਾ। ਇਹ ਤਾਂ ਮੈਂ ਜੋ ਜਜਮੈਂਟ ਕੀਤਾ ਹੈਗਾ। ਹੁਣ ਆ ਜਾ ਕੇ ਜਿਹੜੀਆਂ ਇਹ ਤੋਂ ਗਲਤੀਆਂ ਹੋਈਆਂ ਮੈਂ ਤੁਹਾਡੇ ਹਿਸਾਬ ਨਾਲ ਸੁਣ ਲਈਆਂ, ਇਹਦਾ ਇੱਕੋ ਹੀ ਤਰੀਕਾ ਹੈਗਾ। ਹੁਣ ਇਹ ਕਿਤੇ ਮੇਰੇ ਨਾਲ ਗੱਲ ਕਰ ਲਵੇ ਨਾ ਤੇ ਮੈਂ ਇਹਨੂੰ ਸਮਝਾ ਬੁਝਾ ਕੇ ਰਾਏ ਪਾ ਸਕਦਾ ਆ। ਅੱਗੇ ਜਿੱਦਾਂ ਤੁਹਾਡੇ 3 ਕੇਸ ਸੋਲਵ ਕੀਤੇ ਆ, ਤੁਹਾਨੂੰ ਤੁਹਾਡੇ ਕੋਲ ਫੋਨ ਨੰਬਰ ਲੈ ਜਾਣਾ ਨੇ, ਇਹ ਗੱਲ ਨੀ ਕੋਈ ਏਦਾਂ ਦੱਸਣ ਦਾ ਕੋਈ ਬਹੁਤਾ ਲਾਭ ਨੀ ਹੋਣਾ, ਕਿ ਜਿੰਨੇ ਹਰ ਆਪਣੇ ਵੀ ਰਾਏ ਦੇਣੀ ਉਹਦੇ ਪੱਲੇ ਕੁਛ ਨੀ ਪੈਣਾ। ਚਲੋ ਇਨ ਜਨਰਲ ਥੋੜਾ ਜਿਹਾ ਗਿਆਨ ਸਿੰਘ ਜੀ, ਸਾਡੇ ਇਹਦਾ ਬਹੁਤ ਸਾਰਾ ਹੈ ਕਿ ਚਲੋ ਗਰੀਫ ਜਿਹੜਾ ਹੈ ਨਾ ਇਹ ਐਗਜੈਕਟਲੀ ਸੇਮ ਕੇਸ ਨਹੀਂ ਹੋਏਗਾ ਕਿਸੇ ਦਾ, ਪਰ ਇੱਕ ਬੰਦਾ ਕਿਸੇ ਕਰਕੇ ਗੁੱਸਾ ਹੈਗਾ ਔਰ ਪਰੇ ਪਰੇ ਹੈਗਾ, ਜਾਂ ਫਿਰ ਕੋਈ ਵੀ ਨਜ਼ਦੀਕੀ ਬੰਦੇ ਦੇ ਮਰਨ ਤੋਂ ਬਾਅਦ ਉਸ 'ਚੋਂ ਬਾਹਰ ਨਹੀਂ ਨਿਕਲ ਪਾ ਰਿਹਾ, ਇਹ ਸਾਰਿਆਂ ਦਾ ਬਹੁਤ ਸਾਰੇ ਬੰਦੇ ਰਿਲੇਟ ਕਰ ਸਕਦੇ ਆ। ਸੋ ਇਹਦੇ ਬਾਰੇ ਅਗਰ ਤੁਸੀਂ ਕਿਸੇ ਨੂੰ ਰਾਏ ਦਿੰਦੇ ਹੋ ਤਾਂ ਸਾਰਿਆਂ ਦੇ ਸਾਹਮਣੇ ਦੋਗੇ ਤੇ ਬਹੁਤ ਵਧੀਆ ਹੋਏਗਾ। ਤੇ ਉਹ ਆ ਜਾ ਕੇ ਦੇਖੋ ਜੀ, ਜੋ ਮੈਨੂੰ ਸਮਝ ਲੱਗੀ ਆ ਜੀ, ਵੀ ਜੇ ਉਹ ਬੀਬੀ ਵੱਖਰੀ ਹੋਈ ਆ ਜਾਂ ਇਸ ਤੋਂ ਪਿੱਛੇ ਹਟੀ ਆ,
ਤੇ ਉਹਦੇ ਚ ਇਹਦੀ ਹੀ ਗਲਤੀ ਹੈਗੀ, ਜਦੋਂ ਥੋੜਾ ਬਹੁਤ ਉਸ ਸਦਮੇ ਜਾਂ ਸੀਗੀ ਤੇ ਉਹਨੂੰ ਇਹਨੇ ਸਹਿਮਤੀ ਨੀ ਉਹਨਾਂ ਜਤਾਈ, ਇਹਨੇ ਆਪਣਾ ਉੱਤੇ ਰੋਹ ਵੀ ਰੱਖਿਆ ਕਿ ਮੈਂ ਆਦਮੀ ਠੀਕ ਨਹੀਂ, ਦੇਖੋ ਮੁੰਡੇ ਦੀ ਡੈਥ ਹੋਈ ਆ ਤੇ ਤਾਂ ਵੀ ਉਹ ਗੁੱਸੇ ਚ ਹੋਈ, ਤਾਂ ਵੀ ਜਾਂ ਹੋ ਜਾਂ ਨਹੀਂ ਜਾ ਸਕੇ ਠੀਕ ਨੀ, ਉਹਨਾਂ ਸਹਿਮਤੀ ਨੀ ਜਤਾਈ ਇਹਨੇ, ਇਹਨੇ ਆਪਣੀ ਆਕੜ ਰੱਖੀ ਆ ਜਿਸ ਕਰਕੇ ਉਸ ਟੈਪ ਬੀਬੀ ਨੇ ਲਿਆ ਹੈਗਾ ਠੀਕ ਨੀ। ਹਾਂਜੀ ਹਾਂਜੀ, ਅਸਲ ਗੱਲ ਵਿਚੋਂ ਇਹ ਹੋਈ ਆ ਬਿਲਕੁਲ। ਮੇਰੇ ਕੋਲ ਤਾਂ ਕਾਫੀ ਤਰ੍ਹਾਂ ਦੇ ਕੇਸ ਹੈਗੇ ਤੇ ਹੋਰ ਵੀ ਕਈ ਬੰਦੇ ਅੜੇ ਬੈਠੇ ਸੀਗੇ ਤੇ ਚਲੋ ਉਹਨਾਂ ਦਾ ਵੀ ਵਿਗੜਿਆ ਕੰਮ ਠੀਕ ਹੋ ਗਿਆ ਬਾਅਦ ਚ। ਠੀਕ ਹੋ ਜਾਊਗਾ ਜੇ ਕਿਤੇ ਮੇਰੇ ਨਾਲ ਇਕੱਲਾ ਗੱਲ ਕਰ ਲਵੇ ਤੇ ਮੈਂ ਚੰਗੀ ਤਰ੍ਹਾਂ ਸਮਝਾ ਸਕਦਾ ਆ, ਬੀਬੀਆਂ ਦਾ ਕਸੂਰ ਨਹੀਂ ਹੁੰਦਾ ਇੰਨਾ ਜਿੰਨੇ ਮੈਂ ਕੇਸ ਦੇਖੇ ਆ। ਆਪ ਜਿਹੜੇ ਹੋ ਜਾਂਦੀ ਤੰਗ ਆ ਕੇ ਫੇਰ ਸਟੈਪ ਲੈਂਦੀਆਂ, ਪਿੱਛੇ ਹਟ ਜਾਣਾ, ਨਾ ਬੋਲਣਾ, ਨਾ ਸੰਪਰਕ ਰੱਖਣਾ ਕਰਨਾ, ਕਿੱਥੇ ਨੀ ਆਈ ਜਲਦੀ, ਕਿੱਥੇ ਕਿੱਥੇ ਪਿੱਛੇ ਆਉਂਦੀ ਹੈ, ਪਿੱਛੇ ਨਹੀਂ ਹੁੰਦੀਆਂ ਲੇਡੀ ਆਮ ਤੌਰ ਤੇ। ਦੇਖੋ ਅਸੀਂ ਇੰਨੇ ਸਾਲ ਕੱਢ ਰਹੇ ਆ, ਅਸੀਂ ਆਪ ਵਿੱਚ ਸ਼ੁਗਲ ਮੇਲੇ ਚ ਕਈ ਕੁਛ ਕਰ ਕਰਾ ਲੈਂਦੇ ਆ, ਮਗਰੋਂ ਫੇਰ ਉਸ ਵੇਲੇ ਇਕੱਠੇ ਹੈ ਜੀ, ਤੇ ਜੇ ਅਸੀਂ ਗੁੱਸੇ ਚ ਭਰਾ ਰਹੀਏ ਤੇ ਫਿਰ ਨਹੀਂ ਨਾ ਗੱਲ ਬਣਦੀ, ਤੇ ਇਸ ਕਰਕੇ ਦੋਨੇ ਹੱਥੇ ਤਾੜੀ ਪੁੱਜਣ ਵਾਲੀ ਗੱਲ ਵੀ ਹੁੰਦੀ ਆ। ਹੋ ਸਕਦਾ ਥੋੜਾ ਸੁਭਾਅ ਹੋਵੇ, ਪਰ ਦੇਖੋ ਨਾ ਜਿਹੜਾ ਬੱਚਾ ਚਲ ਜਾਣਾ ਇੱਕ ਮਾਂ ਦਾ ਹੈ ਨਾ, ਉਹਦਾ ਦੁੱਖ ਬਾਪ ਨੂੰ ਨਹੀਂ ਜਿੰਨਾ ਮਾਂ ਨੂੰ ਹੁੰਦਾ ਠੀਕ ਨਹੀਂ। ਇਹ ਗੱਲ ਹੈਗੀ ਆ, ਤੇ ਸੋ ਇਹਨੂੰ ਉਹਨਾਂ ਨੇ ਸਹਿਮਤੀ ਨਹੀਂ ਕੀਤੀ, ਤਾਂ ਹੀ ਉਹਨੇ ਸਟੈਪ ਲਿਆ ਬੀਬੀ ਨੇ ਨਾ ਪਿੱਛੇ ਹਟਾਉਂਦੇ ਤੋਂ ਹਨਾ, ਤੇ ਜੇ ਸਹਿਮਤੀ ਹੁੰਦੀ ਤੇ ਗੱਲ ਕਿਹੜੀ ਸੀਗੀ, ਨਾ ਵੀ ਜਾਂਦੇ ਸਹਿਮਤੀ ਤੇ ਰੱਖਦੇ, ਜੇ ਛੱਡਦੇ ਕੰਮ ਕੰਮਾਂ ਦੀ ਪੈਸੇ ਕਿਤੇ ਇਕੱਠੇ ਹੋਏ ਜਿੰਨੇ ਮਰਜ਼ੀ ਕਰ ਲਓ ਚਲ ਜਾਂਦੇ ਹਨਾ, ਇਹ ਮਤਲਬ ਸਹਿਮਤੀ ਨਹੀਂ, ਮੁੜ ਕੇ ਵਾਪਸ ਨਹੀਂ ਆ ਸਕਦੇ ਸੀ ਨਾ, ਇਹ ਡਰ ਸੀ ਇਸ ਪਿੱਛੇ ਨਹੀਂ ਗਏ। ਆਪਣੇ ਉੱਤਰ ਕੇਂਦਰ ਹੈ ਕਿ ਮੈਂ ਕੀ ਕਰਾਂ, ਉਹ ਸਦਮੇ ਚੋਂ ਬਾਹਰ ਨਹੀਂ ਨਿਕਲ ਰਹੀ ਤੇ ਮੈਂ ਇਕੱਲਾ ਹੋ ਗਿਆ, ਮੇਰੇ ਨਾਲ ਇੰਜ ਕਰ ਰਹੀ ਹੈ, ਸੋ ਮੈਂ ਕੀ ਕਰਾਂ। ਪਰ ਉਹੀ ਕਿ ਦੂਜੇ ਪਾਸੇ ਉਹੀ ਮੈਰਿਜ, ਜਿਸ ਤਰ੍ਹਾਂ ਗਿਆਨ ਸਿੰਘ ਜੀ ਦੱਸ ਰਹੇ ਕਿ ਠੀਕ ਹੈ ਇੰਨੇ ਸਾਲ ਉਹਨਾਂ ਨੇ ਕੱਢੇ ਆ, ਹੋਰਾਂ ਨੇ ਕੱਢੇ ਆ, ਕਿਸ ਤਰ੍ਹਾਂ ਜਦੋਂ ਅਸੀਂ ਦੂਜੇ ਬਾਰੇ ਥੋੜ੍ਹਾ ਸੋਚਦੇ ਹਾਂ ਵੀ ਉਹਦੇ 'ਤੇ ਕੀ ਪੈ ਰਹੀ ਹੈ, ਉਹਦੀ ਪੋਜੀਸ਼ਨ ਕੀ ਹੈ, ਉਹ ਕਿਸ ਤਰ੍ਹਾਂ ਨਾਲ, ਕਈ ਵਾਰੀ ਤੁਹਾਨੂੰ ਲੱਗਦਾ ਗਲਤ ਸੋਚ ਰਹੀ ਹੈ, ਉਹ ਗਲਤ ਇੰਨਾ ਲੰਬਾ ਖਿੱਚ ਰਹੀ ਹੈ, ਉਹਨੂੰ ਹੁਣ ਬਾਹਰ ਨਿਕਲ ਜਾਣਾ ਚਾਹੀਦਾ ਇਹਦੇ 'ਚੋਂ, ਪਰ ਉਹ ਨਹੀਂ ਨਿਕਲ ਪਾਈ, ਦੈਨ ਹਾਊ ਡੂ ਯੂ ਹੈਲਪ। ਫਿਰ ਵੀ ਤੁਸੀਂ ਉਸ ਦੀ ਸਟੇਟ ਨੂੰ ਸੋਚਣਾ ਕਿ ਉਹ ਇਸ ਵੇਲੇ ਨਹੀਂ ਨਿਕਲ ਪਾਈ, ਕੋਈ ਸ਼ੌਂਕ ਨਾਲ ਤਾਂ ਨਹੀਂ ਬੈਠੀ ਉਸ ਗਮ ਦੇ ਵਿੱਚ, ਸੋ ਯੂ ਹੈਵ ਟੂ ਹੈਲਪ ਹਰ। ਤਾਂ ਹੀ ਜਿਸ ਤਰ੍ਹਾਂ ਸ਼ੁਰੂ 'ਚ ਹੀ ਕਰਮਜੀਤ ਨੇ ਵੀ ਕਹਿਤਾ ਕਿ ਉਹਨਾਂ ਨੂੰ ਹੈਲਪ ਕਰਨਗੇ, ਜਸਪ੍ਰੀਤ ਨੇ ਵੀ ਕਿ ਉਹਨਾਂ ਨੂੰ ਹੈਲਪ ਕਰਨਗੇ, ਤਾਂ ਹੀ ਆਪਣੀ ਹੈਲਪ ਹੋਏਗੀ ਬੇਸਿਕਲੀ। ਸੋ ਗਿਆਨ ਸਿੰਘ ਜੀ ਕਹਿ ਰਹੇ ਹਨ ਕਿ ਇਹ ਕਿੱਸਾ ਉਹਨਾਂ ਨੂੰ ਜੋ ਸਮਝ ਆ ਰਿਹਾ ਕਿ ਇਹ ਥੋੜ੍ਹਾ ਆਪਣਾ ਰੋਬ ਮੈਂ ਬੰਦਾ ਉਹਦੇ ਨਾਲ ਹੀ ਹੋਇਆ, ਨਹੀਂ ਤਾਂ ਛੇਤੀ ਕਿਤੇ ਜਨਾਨੀ ਹੈ ਸਟੈਪ ਲਵੇ ਕਿ ਮੈਂ ਦੂਸਰੇ ਸ਼ਹਿਰ ਜਾ ਕੇ ਜੋਬ ਕਰ ਰਹੀ ਹਾਂ ਔਰ ਮੈਂ ਕਦੀ ਕਦੀ ਆ ਰਹੀ ਹਾਂ, ਇਹ ਹੋ ਨਹੀਂ ਸਕਦਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਯੂ ਡੂ ਕਾਲ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਜਸਟ ਟੀਵੀ ਵੇਖਣ ਵਾਲਿਆਂ ਨੂੰ ਜੀ। ਹਾਂਜੀ ਦੱਸੋ ਕੀ ਕਹਿੰਦੇ ਹੋ ਅੱਜ ਵਾਸਤੇ, ਕਿਹੜਾ ਕੀ ਹੈ ਜੀ, ਬੜੇ ਚੰਗੇ ਚੰਗੇ ਸੁਝਾਅ ਤੇ ਵਿਚਾਰ ਦੱਸ ਰਹੇ ਜੀ ਸਰੋਤੇ ਜਨ, ਪਰ ਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ, ਬਿਨਾਂ ਨਬਜ਼ ਵੇਖਿਆ ਤੇ ਹਕੀਮ ਵੀ ਦਵਾਈ ਨਹੀਂ ਦਿੰਦਾ ਤੇ ਅਸੀਂ ਉੱਦਾਂ ਹੀ ਸਲਾਹਾਂ ਦੇਈ ਜਾਂਦੇ, ਕੁਝ ਨਹੀਂ ਬਣਨਾ ਜੀ ਇੱਦਾਂ। ਤੁਸੀਂ ਵੇਖੋ ਸਭ ਤੋਂ ਜ਼ਿਆਦਾ ਸਾਡੀ ਕਮਿਊਨਿਟੀ ਦੀ ਅੱਜ ਦੀ ਡੇਟ 'ਚ ਇਹ, ਚਲੋ ਇਹਨਾਂ ਦਾ ਤਾਂ ਹਾਦਸਾ ਹੀ ਜਗੋਂ 13ਵਾਂ ਹੋਇਆ, ਬੱਚੇ ਦੀ ਮੌਤ ਹੋ ਗਈ ਆ, ਹਰ ਤੀਜਾ ਜਿੱਥੇ ਘਰ 'ਚ ਮੈਂ ਆਣ ਕੇ ਵੇਖਿਆ, ਮੈਨੂੰ ਤਾਂ ਥੋੜ੍ਹਾ ਚਿਰ ਹੋਇਆ ਪੰਜਾਬ ਤੋਂ ਆਏ ਨੂੰ, ਹਰ ਬੰਦਾ ਮੁਸ਼ਕਿਲ 'ਚ ਘਿਰਿਆ ਪਿਆ ਇੱਥੇ, ਕੋਈ ਦੋਵਾਂ ਜੀਆਂ ਦਾ ਝਗੜਾ, ਕੋਈ ਬੱਚਿਆਂ ਦਾ ਝਗੜਾ, ਕੋਈ ਕਿਸੇ ਦਾ ਝਗੜਾ, ਪਤਾ ਨਹੀਂ ਸਾਡੀ ਕੌਮ ਗੁਰਦੁਆਰਿਆਂ ਮੰਦਰਾਂ 'ਚ ਵੀ ਇੰਡੀਅਨ ਬਹੁਤ ਜਾਂਦੇ ਆ, ਪਰ ਕਲਚਰ ਦਾ ਬੜਾ ਡਿਫਰੈਂਸ ਹੈ। ਠੀਕ ਹੈ ਬਲ ਸਾਹਿਬ, ਲੈਟਸ ਸੀ ਅੱਜ ਵਾਸਤੇ ਅਸੀਂ ਗੱਲ ਕਰਦੇ ਹਾਂ ਕਿ ਕੀ ਯੂ ਨੋ, ਕਿਉਂਕਿ ਬਿਲਕੁਲ ਜਿਸ ਤਰ੍ਹਾਂ ਕਹਿੰਦੇ ਨਾ ਕਿ ਕੋਈ ਇੱਕ ਬੰਦਾ ਗਰੀਬ 'ਚ ਹੋਏ ਨਾ, ਤੁਸੀਂ ਕਿਸੇ ਦੇ ਅਫਸੋਸ ਵੀ ਕਰਨ ਜਾਂਦੇ ਹੋ,
what helps best? Pata nahi lagda ke ki ko, but the best first step hai ki listen. Bolan na lo, duje di suno. So is vele agar lady zyada grief vich hai, te unu sunna zaruri hai. But agar ohi jivein Gyan Singh ji ne kiya ki tusi apna rob maro ki tenu eh karna chahida, tenu oh karna chahida, tu kardi kyun nahi? Oh, nahi successful hoega. Oda koi fayda nahi hoega. So, पहला स्टेज हमेशा जब असी हेल्प करते हैं किसी नू ग्रीव चो बाहर निकलन दा, पहला सिर्फ यह है कि लिसन, उन्हां दी गल सुनो, उन्हां दी स्टोरी सुनो, उन्हां नू गल करन दो, बेशक उस जो भी जिदे यू नो डेथ हुई है उस दे बारे गल करन दो, उन्हों याद करन दो, भावें चंगे माड़े टाइम. पर ओ मैं उन्हां नू पुछा, मैं क्या मुंडे दी गल हुंदी है अक्सर जो इकट्ठे होंदे हो? कहिंदे नहीं, मैं तो इस पिछे कभी जिक्र नहीं करता कि उन्हों दुख होए. सो जदा वो पूरा होया है ये आपस में भी उस मुंडे की गल नहीं करते. सो इट्स बड़ा क्लीयर जहा लगता है क्योंकि मैं उन्होंने पूछा कि वो जिथे काम कर रहे हैं उत्थों कोई कंप्लेन नहीं, कुछ नहीं, क्योंकि वो डिप्रैसड होंगे अगर तो वो इन्ने सक्सैसफुली इको जगह पर काफ़ी देर तो काम कर रहे हो कर नहीं सकते. सो हुण पहले भी कर रहे थे, हुण वो बंदे शिफ्ट होए हैं, वह भी उन्होंने शिफ्ट होना चाहते हैं. क्यों इस पिछे? क्योंकि ही इज़ डूइंग हर जॉब वैल. अगर ओवरऑल डिप्रैसड होंगे तो वो अपनी जॉब नहीं पूरी तरह कर सकते, बट इन्हां नाल रवैया दे रहे हैं. सो इट इज़ वेरी क्लीयर कि वो जिस तरह ज्ञान सिंह जी ने उस चीज़ नू जज किया कि इन्हां नाल वो अपना गुस्सा या अपना वो दिखा रहे हैं कि नहीं तुहाडा तरीका गलत सी, मैं तुहाडी तरीके तो ना खुश हाँ. सो लैट सी होर की कह रहे हैं. हैलो, हाँ जी, सत श्री अकाल. सत श्री अकाल, सत श्री अकाल हरमिंदर जी, दसो. मैं कह रही हां, मैं कि उन्हें डेथ हुई है, सदमा बहुत ज्यादा है जी, ते सदमा उदे दिल विच हैगा ते ओ बाहर कढ़ना बड़ा जरूरी है. बिल्कुल, बाहर असि किवें कढ़ सकते हैं? हस्बैंड दी ते गुस्सा है, ओ सुनना नहीं है उन्हें, ते किसी फ्रेंड दी हेल्प लई जावे. फ्रेंड जिदे नाल बहुत ज्यादा कंफर्टेबल हैगी है, ठीक है, ओ उदे नाल गलबात करके, गलबात दे थ्रू ते उदा सदमा बाहर कढ़ सकती है. जी नहीं आती अजकल वैसे सर्टिफाइड ग्रीफ कोचेस भी हैगे ने जो गल बात दे थ्रू दे अपने टेक्निक्स यूज करके ग्रीफ मन चो बाहर कर देंदे ने. जी 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 जी. सो इनु बहुत प्यार चाहिदा है. फ्रस्ट्रेटेड डेथ बहुत वड्डी चीज है ते जा नहीं सकी. हाँ. तो दे मन चो बैठ गया जो दे मन चो कटना है गया, एंड शी विल बी फाइन जे उन थोड़ा जा प्यार दिता जाएगा. बिल्कुल बिल्कुल, बहुत वधिया, थैंक यू सो मच, रियली एप्रीशिएट. वही कि यू नो इन्होंने जिस तरह सजेस्ट किया कि फ्रेंड की हेल्प ली जा सकती, तो लगता है कि यू नो थोड़ा एक कम्युनिकेशन उस तरह नहीं होंगे, एक इंप्रेशन हैगा है कि तुसी यू नो वो नहीं कर सकते, तो फ्रेंड्स की हेल्प लो. और मैं एक होर इन्हों तो मैं ये भी ध्यान आ रहा है कि कम्युनिटी एफर्ट भी शायद उन्होंने इन्होंने किया है कि नहीं, जिमें हमेशा इकट्ठा होना, वो नाम से पाठ रखना, और फिर सारे पाठ रखण च नहीं कि सिर्फ पाठ रखण नाल शांति मिल जाएगी. पाठ रखण दा मेरा मतलब है कि सारे उस दे नाम नू नाम करके भी हाँ असी इकट्ठे हो रहे हैं, भावें उहदा बर्थडे है, एनिवर्सरी है, कुछ है, उस दा नाम लैके कि असी उस पिछे इकट्ठे हो रहे हैं और उहदी गल्लां होण. और फिर जिवें यू नो कि बेशक रोवो जो मर्जी करो पर उहनू याद करके एक सेरेमनी जी करो, उहदा भी बहुत इट हैल्प्स अ लॉट. बिकॉज जद वो जिहड़ी कल्ली जिस तरह हरमिंदर जी भी कह रहे ने कि वो जा नहीं सकी उपरों, और उपरों यू नो पुत्र दा मरण दा दुख, और फिर उस वेले ना वो जदों चोट लगी दो हफ्ते पिया रहा उन्हें की यू नो व्हाट शी मस्ट हैव फेस्ड, एंड दैन जदों फिर डैथ दी न्यूज़ मिली होनी है, वी कांट इवन इमेजिन, मतलब मेरी इमेजिनेशन भी उन्नी दूर नहीं जा सकती. लेट मी टेक अ शॉर्ट ब्रेक, तुसीं कॉल जरूर करो एंड इन्हां नूं कोई सलाह जरूर दिओ. ਸਾਰਿਆਂ ਦਾ ਫਿਰ ਸਵਾਗਤ ਹੈ. ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਆ. ਹੈਲੋ, ਹਾਂਜੀ, ਕੱਟਿਆ ਗਿਆ ਹੈ ਜੀ. ਅਰਵਿੰਦ ਜੀ, ਤੁਸੀਂ ਸਾਰਿਆਂ ਦੇ ਸੁਝਾਅ ਚੰਗੇ ਚੰਗੇ ਸੁਣ ਲਏ, ਤੁਸੀਂ ਆਪਣਾ ਵੀ ਦੋ ਜੀ ਇਸ ਮਸਲੇ 'ਚ ਕੀ ਤੁਹਾਡਾ ਪ੍ਰਤੀਕਰਮ ਹੈ ਜੀ?
ਮੈਂ ਤਾਂ ਨਾਲ ਨਾਲ ਦੇ ਰਹੀ ਹਾਂ ਕਿ ਕਮਿਊਨਿਟੀ ਇਵੈਂਟ ਰੱਖੋ ਐਵੇਂ ਉਹ ਜਿੱਦਾਂ ਪੋਚਾ ਮਾਰਨ ਹੁੰਦਾ ਉਹ ਹੁੰਦਾ ਜਿੰਨਾ ਚਿਰ ਤੁਸੀਂ ਸਾਰੀ ਸਟੋਰੀ ਸੁਣ ਨੀ ਲੈਂਦੇ ਐਵੇਂ ਬਿਆਨ ਕਾਹਦੇ ਦੇ ਦਾਂਗੇ ਸੁਝਾਅ ਜੀ 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 ਤੁਸੀਂ ਵੇਖੋ ਸਾਹਮਣੇ ਬੈਠਾ ਹੋਵੇ ਬੰਦਾ ਸਾਰੀ ਆਪਣੀ ਜਾਂ ਲਿਖ ਕੇ ਸਾਰੀ ਸਟੋਰੀ ਪੜ੍ਹ ਲਈਏ ਫੇਰ ਹੀ ਦੱਸਾਂਗੇ ਹੁਣ ਤੁਸੀਂ ਵੇਖੋ ਸਾਡੇ ਸਮਾਜ ਦਾ ਪ੍ਰਤੀਕਰਮ ਆ ਵੀ ਬਹੁਤ ਤੇਜ਼ੀ ਨਾਲ ਇਹ ਸਾਰੀ ਦੁਨੀਆ ਜਿਹਦੇ ਬੱਚੇ ਨਹੀਂ ਵੀ ਮਰੇ ਕੋਈ ਨਹੀਂ ਵੀ ਪ੍ਰੋਬਲਮ ਤਾਂ ਵੀ ਇਹ ਪ੍ਰੋਬਲਮ 'ਚ ਫਸਦੇ ਜਾਂਦੇ ਆ ਤੇ ਤੁਸੀਂ ਵੇਖੋ ਅਸੀਂ ਇਹਨੇ ਬਾਣੀ ਪੜ੍ਹ ਲਈਏ ਕਨੇਡਾ 'ਚ 2 ਸਾਲ ਪਹਿਲਾਂ 24 ਘੰਟੇ ਤਕਰੀਬਨ ਗੁਰਦੁਆਰੇ ਸੇਵਾ ਕਰਨ ਵਾਲੇ ਬੰਦੇ ਨੇ ਰਸੋਈ 'ਚ ਆਪਣੀ ਘਰ ਵਾਲੀ ਮਾਰਤੀ ਕੁੱਟ ਕੁੱਟ ਕੇ ਵਾਹਿਗੁਰੂ ਤੇ ਮੇਰਾ ਕਹਿਣ ਦਾ ਭਾਵ ਹੈ ਕਿ ਸਾਡੇ ਜਿਹੜਾ ਸਮਾਜ ਹੈ ਕਲਚਰ ਦਾ ਡਿਫਰੈਂਸ ਹੋਣ ਕਰਕੇ ਬੜੀ ਤੇਜ਼ੀ ਨਾਲ ਇਹ ਅੱਗ 'ਚ ਧੱਕਿਆ ਜਾ ਰਿਹਾ ਵਾ ਇੱਕ ਘਰ ਦੀ ਸਟੋਰੀ ਨਹੀਂ ਬਹੁਤ ਜ਼ਿਆਦਾ ਲੋਕਾਂ ਦੀ ਮੈਂ ਵੇਖੀ ਇੱਥੇ ਆਣਗੇ ਠੀਕ ਕਹਿ ਰਹੇ ਹੋ ਬਲ ਸਾਹਿਬ ਥੈਂਕ ਯੂ ਸੋ ਮਚ ਜ਼ਰੂਰ ਆਪਣੀ ਵੀ ਦਾਂਗੀ ਔਰ ਮੈਂ ਦੇ ਵੀ ਰਹੀ ਹਾਂ ਆਈ ਡੋਨਟ ਨੋ ਵਾਈ ਬਲ ਸਾਹਿਬ ਨੂੰ ਲੱਗ ਰਿਹਾ ਕਿ ਨਹੀਂ ਕਿ ਕਮਿਊਨਿਟੀ ਈਵੈਂਟ ਰੱਖੋ ਔਰ ਯੂ ਨੋ ਹਰ ਗਰੀਫ ਦੀ ਸਟੇਜਿਸ ਹੈ ਕਿ ਤੁਸੀਂ ਅਸੀਂ ਸ਼ੁਰੂ 'ਚ ਡਿਸਬਿਲੀਵ ਕਰਦੇ ਹਾਂ ਫਿਰ ਡਿਨਾਇਲ 'ਚ ਹੁੰਦੇ ਹਾਂ ਫਿਰ ਐਂਡ ਵਿੱਚ ਜਾ ਕੇ ਐਕਸੈਪਟੈਂਸ 'ਤੇ ਹੋ ਪਾਉਂਦੀ ਹੈ ਟਾਈਮ ਕਿੰਨਾ ਲੱਗਦਾ ਡਿਫਰੈਂਟ ਡਿਫਰੈਂਟ ਹੈ ਔਰ ਕਿਸ ਤਰ੍ਹਾਂ ਬੈਟਰ ਹੋ ਸਕਦਾ ਹੈ ਪ੍ਰੋਸੈਸ ਹੈ ਇੱਕ ਪਰ ਕਿਸ ਤਰ੍ਹਾਂ ਬੈਟਰ ਹੋ ਸਕਦਾ ਹੈ ਸਪੋਰਟ ਨਾਲ ਕਮਿਊਨਿਟੀ ਐਫਰਟ ਨਾਲ ਫੈਮਿਲੀ ਦੀ ਸਪੋਰਟ ਨਾਲ ਹੁਣ ਫੈਮਿਲੀ ਦੀ ਜਗ੍ਹਾ ਸਿਰਫ ਹਸਬੈਂਡ ਹੈ ਇੱਥੇ ਔਰ ਉਹਦੀ ਵੀ ਸਪੋਰਟ ਨਹੀਂ ਮਿਲ ਰਹੀ ਇੱਕ ਦੂਜੇ ਨੂੰ ਕਹਿ ਸਕਦੇ ਹਾਂ ਇਹਨਾਂ ਦਾ ਆਪਣਾ ਤਰੀਕਾ ਹੋਣਾ ਮੈਂ ਨਹੀਂ ਕਹਿੰਦੀ ਕਿ ਇਹ ਆਪਣੇ ਤਰੀਕੇ ਨਾਲ ਉਹਨੂੰ ਡੀਲ ਕਰ ਰਹੇ ਨੇ ਜਿਹੜਾ ਇਹ ਇਗਨੋਰ ਕਰ ਰਹੇ ਨੇ ਕਿ ਨਹੀਂ ਜੋ ਹੋ ਗਿਆ ਪਾਣਾ ਹੋ ਗਿਆ ਉਹਦਾ ਅਫਸੋਸ ਨਹੀਂ ਉਹ ਵੀ ਕਿਤੇ ਨਾ ਕਿਤੇ ਰਿਪਰੈਸ਼ਨ ਹੈ ਸੋ ਇੱਕ ਦੂਜੇ ਨੂੰ ਸਪੋਰਟ ਨਹੀਂ ਕਰ ਪਾ ਰਹੇ ਉਹ ਨੌਬਤ ਹੈ ਇਸ ਵੇਲੇ ਬਾਕੀ ਬਲ ਸਾਹਿਬ ਦਾ ਉਹ ਕਿ ਬਾਕੀ ਜਨਰਲ ਤਾਂ ਡੈਫੀਨੇਟਲੀ ਅਸੀਂ ਜ਼ਰੂਰ ਗੱਲ ਕਰਦੇ ਹਾਂ ਨਾਲ ਨਾਲ ਜਨਰਲੀ ਕਿ ਇਹ ਹੋ ਰਿਹਾ ਕਮਿਊਨਿਟੀ 'ਚ ਪਰ ਉਹ ਕਮਿਊਨਿਟੀ ਦੀ ਨਹੀਂ ਗੱਲ ਜਿੱਥੇ ਗਰੀਫ ਹੈ ਨਾ ਅਸੀਂ ਸਾਰੇ ਬਰਾਬਰ ਹਾਂ ਭਾਵੇਂ ਇੰਡੀਅਨ ਪੰਜਾਬੀ ਅਮੈਰੀਕਨ ਮੈਕਸੀਕਨ ਇਟਾਲੀਅਨ ਕੋਈ ਫਰਕ ਨਹੀਂ ਹੈ ਗਰੀਫ ਜਾਂ ਬੱਚੇ ਦੀ ਡੈਥ ਕਿਸੇ ਦੀ ਵੀ ਹੋਏਗੀ ਹਰ ਕਿਸੇ ਵਾਸਤੇ ਮੁਸ਼ਕਿਲ ਹੈ ਇਹਦੇ ਵਿੱਚ ਮੈਨੂੰ ਇੰਨੀ ਕਲਚਰਲ ਜਾਂ ਕਮਿਊਨਿਟੀ ਦੀ ਪ੍ਰੋਬਲਮ ਨਹੀਂ ਲੱਗ ਰਹੀ ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹਾਂਜੀ ਅਰਵਿੰਦ ਜੀ ਹਾਂਜੀ ਸੁਦਰਸ਼ਨ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਐਸਾ ਹੈ ਕਿ ਉਸਨੂੰ ਵਿਰਕਤੀ ਹੋ ਚੁੱਕੀ ਹੈ ਉਸ ਔਰਤ ਨੂੰ ਕਿਉਂਕਿ ਬਹੁਤ ਵੱਡਾ ਹਾਦਸਾ ਹੋਇਆ ਉਹਦੇ ਨਾਲ ਜੀ ਹਾਂਜੀ ਤੇ ਉਹਦਾ ਸਵਾਲ ਹੈ ਵੇ ਕਿ ਉਹਦੇ ਹਸਬੈਂਡ ਨੂੰ ਚਾਹੀਦਾ ਕਿ ਉਹ ਆਪ ਕਾਉਂਸਲਿੰਗ ਤੇ ਜਾਣ ਤੇ ਐਸੀ ਕਾਉਂਸਲਿੰਗ ਕਰਵਾਉਣ ਕਿ ਮੈਂ ਆਪਣੀ ਵਾਈਫ ਨੂੰ ਕਿਸ ਤਰ੍ਹਾਂ ਡੀਲ ਕਰਾਂ ਇਸ ਸਿਚੁਏਸ਼ਨ ਦੇ ਵਿੱਚ ਕਿਉਂਕਿ ਉਹ ਔਰਤ ਨਹੀਂ ਜਾਏਗੀ ਕਿਸੇ ਵੀ ਕਾਉਂਸਲਰ ਕੋਲੋਂ ਪੱਕੀ ਗੱਲ ਹੈ ਕਿਉਂਕਿ ਉਹਨੇ ਆਪਣਾ ਜਗ੍ਹਾ ਛੋੜ ਕੇ ਤੇ ਦੂਜੀ ਜਗ੍ਹਾ ਕੰਮ ਕਰ ਰਹੀ ਹੈ ਉਹਦੇ ਨਾਲ ਘੱਟ ਸੇ ਘੱਟ ਟਾਈਮ ਬਿਤਾਉਣਾ ਪਸੰਦ ਕਰਦੀ ਹੈ ਕਿਉਂਕਿ ਅੰਦਰੋਂ ਨਾਰਾਜ਼ ਹੈ ਸਰਕਮਸਟਾਂਸਿਸ ਐਸੇ ਹੋਏ ਨੇ ਕਿ ਉਹ ਵਿਚਾਰੀ ਜਾ ਕੇ ਮੁੜ ਕੇ ਆ ਨਹੀਂ ਸੀ ਸਕਦੀ ਸੋ ਸਵਾਲ ਇਹ ਵੇ ਕਿ ਇੱਕ ਪਾਸੇ ਤੁਸੀਂ ਜਗ੍ਹਾ ਨੂੰ ਤਰਾਜ਼ੂ 'ਚ ਜਗ੍ਹਾ ਰੱਖਿਆ ਪੈਸਾ ਰੱਖਿਆ ਇੱਕ ਪਾਸੇ ਤੁਸੀਂ ਬੱਚਾ ਰੱਖਿਆ ਪਰ ਫੇਲ ਹੋ ਗਏ ਉਸ ਚੀਜ਼ 'ਚ ਪਰ ਉਹਦੇ ਹਸਬੈਂਡ ਨੂੰ ਚਾਹੀਦਾ ਕਿ ਜਦੋਂ ਵੀ ਵੀਕਐਂਡ ਵਿੱਚੋਂ ਆਏ ਉਹਨੂੰ ਬੱਚੇ ਦੀ ਯਾਦ ਦਿਲਾਏ ਇਹ ਸਾਈਕੋਲੋਜੀ ਕਹਿੰਦੀ ਹੈ ਸਾਡੀ ਹਾਲਾਂਕਿ ਮੈਂ ਆਈ ਐਮ ਨਾਟ ਸਾਈਕੋਲੋਜਿਸਟ ਇਹ ਸਾਈਕੋਲੋਜੀ ਕਹਿੰਦੀ ਹੈ ਕਿ ਉਸ ਬੱਚੇ ਦੀ ਯਾਦ ਬਾਰ ਬਾਰ ਦਿਲਾਏ ਔਰ ਰੋਏ ਉਹਨੂੰ ਔਰ ਆਪ ਵੀ ਦੁਖੀ ਆਪ ਦੁਖੀ ਹੋਏਗਾ ਬਾਪ ਵੀ ਦੁਖੀ ਹੈ ਉਹਦਾ ਬੇਟਾ ਸੀ ਪਰ ਔਰਤਾਂ ਦੀ ਗੱਲ ਡਿਫਰੈਂਟ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਮਾਂ ਹੈ ਉਹਦੀ ਗੱਲ ਡਿਫਰੈਂਟ ਹੈ ਉਹ ਇਹਦੇ ਕੋਲੋਂ ਜਿਸ ਤਰ੍ਹਾਂ ਕਿਸਮ ਦਾ ਬਦਲੇ ਦੀ ਭਾਵਨਾ ਹੁੰਦੀ ਹੈ ਵੀ ਤੇਰਾ ਹੀ ਕਸੂਰ ਹੈ ਜਿਸ ਕਰਕੇ ਮੇਰਾ ਬੇਟਾ ਗਿਆ ਵੇ ਔਰ ਦੂਜੀ ਸਿਚੁਏਸ਼ਨ ਅਰਵਿੰਦ ਇਹ ਵੇ ਕਿ ਅੱਜ ਅਗਰ ਉਸ ਲੜਕੀ ਦੇ ਭਾਈ ਦੇ ਕੋਲੋਂ ਬੇਟਾ ਹੁੰਦਾ ਤੇ ਇਸ ਆਦਮੀ ਦੀ ਇਹ ਸਿਚੁਏਸ਼ਨ ਨਹੀਂ ਸੀ ਹੋਣੀ ਇਹਨੇ ਇੱਥੇ ਗਾ ਕੇ ਇਹਨੇ ਨਹੀਂ ਸੀ ਕਹਿਣਾ ਜੀ ਮੈਂ ਲੋਨਲੀ ਹੋ ਗਿਆ ਤੇ ਜਾਂ ਕੁਛ ਹੋ ਗਿਆ ਆਈ ਐਮ ਸੋਰੀ ਟੂ ਸੇ ਉਹ ਫਰਕ ਪੈਂਦਾ ਉਹਨਾਂ ਚੀਜ਼ਾਂ ਦਾ ਵੀ ਬੜਾ ਉਹ ਉਹਦੇ ਭਾਈ ਦੇ ਕੋਲੋਂ ਬੇਟਾ ਸੀਗਾ ਔਰ ਪਹਿਲੇ ਸਾਡੇ ਕਾਲਰ ਨੇ ਬਿਲਕੁਲ ਠੀਕ ਹੈ ਗੱਲ ਕਹੀ ਹੈ ਕਿ ਉਹਨਾਂ ਨੂੰ ਵੀ ਕੋਈ ਲਾਲਚ ਹੋਏਗਾ ਕਿ ਉੱਥੇ ਰਹਿਣ ਉਹਨਾਂ ਨੇ ਹੋ ਸਕਦਾ ਬੱਚੇ ਦੀ ਐਸੀ ਪੋਜੀਸ਼ਨ ਠੀਕ ਤਰ੍ਹਾਂ ਨਾ ਦੱਸੀ ਹੋਵੇ ਜਾਂ ਉਹਨਾਂ ਨੇ ਕੋਈ ਜਾਣ ਕੇ ਤੇ ਨਹੀਂ ਕੀਤਾ ਹੋਏਗਾ ਕੀਤੀ ਹੋਏਗੀ ਐਸਾ ਕੋਈ ਗੱਲ ਨਹੀਂ ਪਰ ਇਸ ਵਕਤ ਜੋ ਔਰਤ ਜਿਸ ਵਿਰਕਤੀ ਦੇ ਵਿੱਚ ਹੈ ਉਹਨੂੰ ਲਿਆਉਣ ਦਾ ਇੱਕੋ ਹੀ ਸਾਧਨ ਹੈ ਕਿ ਇਹ ਕਾਉਂਸਲਿੰਗ ਕਰਵਾਉਣ ਜੋ ਮੇਰੀ ਸੋਚ ਹੈ ਜੀ ਜੀ ਜੀ
ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਤੁਸੀਂ ਸਹੀ ਕਹਿ ਰਹੇ ਹੋ ਕਿ ਇੱਕ ਐਕਸਪਰਟ ਕਾਉਂਸਲਿੰਗ ਨਾ, ਭਾਵੇਂ ਲੇਡੀ ਦੀ ਉਹਦੀ, ਔਰ ਮੈਨੂੰ ਨਹੀਂ ਲੱਗਦਾ ਕਿ ਲੇਡੀ ਮਨਾ ਕਰੇਗੀ, ਉਹ ਬੜੀ ਯੂ ਨੋ ਇਟ ਇਜ਼, ਜਿਸ ਤਰ੍ਹਾਂ ਗਿਆਨ ਸਿੰਘ ਜੀ ਨੇ ਵੀ ਇੱਕ ਜਨਰਲਾਈਜ਼ ਸਟੇਟਮੈਂਟ ਦਿੱਤੀ ਸੀ ਕਿ ਜ਼ਿਆਦਾ ਜਨਾਨੀਆਂ ਦੀ ਗਲਤੀ ਘੱਟ ਹੁੰਦੀ ਹੈ, ਮੈਂ ਬੜੇ ਐਕਸਪੀਰੀਅੰਸਿਸ ਦੇਖੇ, ਉਹ ਕਹਿੰਦੇ ਥੋੜ੍ਹੀ ਬਹੁਤੀ, ਬਟ ਸਟਿਲ ਸਟਿਲ ਕਾਉਂਸਲਿੰਗ ਨੂੰ ਵੀ ਆਦਮੀਆਂ ਨਾਲੋਂ ਜਨਾਨੀਆਂ ਜ਼ਿਆਦਾ ਐਗਰੀ ਕਰਦੀਆਂ, ਦੇ ਆਰ ਰੈਡੀ ਟੂ ਚੇਂਜ, ਦੇ ਆਰ ਰੈਡੀ ਟੂ ਟੇਕ ਹੈਲਪ। ਅਰਵਿੰਦ, ਕਿ ਅਗਰ ਉਹ ਘਰ ਉਹਨੂੰ ਬਾਹਰ ਦੇਰ ਨਾਲ ਆਉਂਦੀ ਹੈ, ਹਰ ਹਫ਼ਤਾ ਹਫ਼ਤਾ ਬਾਹਰ ਜਾਂਦੀ ਹੈ, ਮਤਲਬ ਟਾਈਮ ਉਹਨੂੰ ਘੱਟ ਦਿੰਦੀ ਹੈ, ਤੇ ਉਹਨੂੰ ਕਾਉਂਸਲਿੰਗ ਵਾਸਤੇ ਉਹ ਸ਼ਾਇਦ ਤਿਆਰ ਨਾ ਕਰ ਸਕੇ, ਇਸ ਕਰਕੇ ਮੈਂ ਕਹਿ ਰਹੀ ਹਾਂ ਬਿਲਕੁਲ ਬਿਲਕੁਲ ਐਕਸਪਰਟ ਕੋਲ ਜਾ ਰਹੀ, ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਮੈਂ। ਜੀ ਬਿਲਕੁਲ ਬਿਲਕੁਲ, ਠੀਕ ਹੈ, ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਬੜੀ ਅੱਛੀ ਟਿਪ ਹੈਗੀ ਹੈ ਕਿ ਪਹਿਲੇ ਵੀ ਅਸੀਂ ਕਿਹਾ ਕੋਈ ਵੀ ਇਸ ਤਰ੍ਹਾਂ ਮਾਨਸਿਕ ਫਿਜ਼ੀਕਲ ਚੀਜ਼ ਹੈ ਨਾ, ਫਸਟ ਚੀਜ਼ ਸੋਚੋ ਮੈਂ ਕਿਹਨੂੰ ਪੁੱਛਣਾ, ਡਾਕਟਰ ਨੂੰ ਦੱਸੋ, ਉਦੋਂ ਅੱਗੇ ਦੇਖੋ, ਡਾਕਟਰ ਨੂੰ ਜ਼ਰੂਰ ਦੱਸੋ ਕਿ ਇੰਝ ਹੋ ਰਿਹਾ, ਯੂ ਨੋ ਇਸ ਤਰ੍ਹਾਂ ਦੀ ਸਥਿਤੀ ਹੈ, ਔਰ ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ, ਕਿਉਂਕਿ ਦੇ ਆਰ ਵੇਜ਼ ਜਿਹਦੇ ਨਾਲ ਥੋੜ੍ਹਾ ਇਨਹਾਂਸ, ਇਹ ਜਿਹੜਾ ਪ੍ਰੋਸੈਸ ਮੈਂ ਕਹਿ ਰਹੀ ਹਾਂ ਨਾ, ਪ੍ਰੋਸੈਸ ਤੋਂ ਤਾਂ ਸਭ ਨੇ ਲੰਘਣਾ, ਪਰ ਉਹ ਇੱਕ ਥੋੜ੍ਹਾ ਫੈਸਨ ਹੋ ਜਾਏਗਾ, ਈਜ਼ੀ ਹੋ ਜਾਏਗਾ। ਹਮੇਸ਼ਾ ਕਹਿੰਦੇ ਹਾਂ ਕਿ ਗਰੀਫ ਘਟਦਾ ਨਹੀਂ ਹੁੰਦਾ, ਬਹੁਤ ਜ਼ਿਆਦਾ ਨੇੜੇ ਦਾ ਕੋਈ ਗਰੀਫ ਹੁੰਦਾ ਨਾ, ਜਦੋਂ ਇਸ ਤਰ੍ਹਾਂ ਡੈਥ ਜਾਂ ਕੁਛ ਘਟਦਾ ਨਹੀਂ ਹੈ, ਪਰ ਸਮਾਂ ਜਿਹੜਾ ਉਹਨੂੰ ਥੋੜ੍ਹਾ ਜਿਹਾ ਈਜ਼ੀ ਕਰ ਦਿੰਦਾ, ਸਹਿਣਾ ਆਸਾਨ ਕਰ ਦਿੰਦਾ, ਕੁਛ ਹੈਗਾ ਸਮੇਂ ਦੇ ਵਿੱਚ ਕਿ ਓਵਰਆਲ ਜਦੋਂ ਤੁਸੀਂ ਹੋਰ ਚੀਜ਼ਾਂ ਨਾਲ ਭਰ ਲੈਂਦੇ ਹੋ ਉਸ ਸਮੇਂ ਨੂੰ, ਅਤੇ ਉਹ ਥੋੜ੍ਹਾ ਜਿਹਾ ਉਹਦਾ ਘਾਵ ਜਿਹੜਾ ਈਜ਼ੀ ਹੋ ਜਾਂਦਾ, ਸਹਿਣਾ, ਗਰੀਫ ਕੰਪਲੀਟਲੀ ਨਹੀਂ ਜਾ ਸਕਦਾ। ਬਟ ਸੁਦਰਸ਼ਨ ਜੀ ਠੀਕ ਕਹਿ ਰਹੇ ਕਿ ਉਹਦੇ ਬਾਰੇ ਗੱਲਾਂ ਕਰੋ ਖੁੱਲ੍ਹ ਕੇ, ਕੋਈ ਉਹ ਕਰੋ ਸਭ ਕੁਛ, ਜਦੋਂ ਗਰੀਫ ਕਿਸੇ ਨੂੰ ਅਵੋਇਡ ਕਰਨਾ, ਦੈਟਸ ਨੋਟ ਅ ਗੁੱਡ ਥਿੰਗ, ਦੈਟਸ ਨੋਟ ਦਾ ਐਡਵਾਈਜ਼ੇਬਲ ਥਿੰਗ। ਸੋ ਲੈਟ ਮੀ ਟੇਕ, ਔਰ ਇਹਨਾਂ ਚੀਜ਼ ਹੈ ਕਿ ਬਹੁਤ ਧਿਆਨ ਉਹਨਾਂ ਦਾ ਕਿ ਉਹ ਸੋ ਠੀਕ ਰਹੇ ਨੇ, ਔਰ ਤੁਸੀਂ ਵੀ ਠੀਕ ਸੋਚ ਰਹੇ ਹੋ, ਜਿਵੇਂ ਮੈਂ ਪਹਿਲੇ ਕਿਹਾ, ਇਹ ਨਹੀਂ ਹੈ ਕਿ ਇਹ ਬਿਲਕੁਲ ਗਰੀਫ 'ਚੋਂ ਸਹੀ ਨਿਕਲੇ ਹੋਣੇ ਹੈ, ਇਹਨਾਂ ਦੀ ਵੀ ਡਿਪਰੈਸ਼ਨ ਹੋਣੀ ਹੈ, ਜਿਵੇਂ ਕਹਿ ਰਹੇ ਮੈਂ ਇਕੱਲਾ ਹੋ ਗਿਆ, ਇਹਨਾਂ ਦਾ ਆਪਣਾ ਤਰੀਕਾ ਹੈ। ਸੋ ਦੋਨਾਂ ਨੂੰ ਬਹੁਤ ਅੱਛੀ ਨੀਂਦ ਚਾਹੀਦੀ ਹੈ, ਅੱਛੀ ਖੁਰਾਕ ਚਾਹੀਦੀ ਹੈ, ਇੱਕ ਦੂਜੇ ਦਾ ਪਿਆਰ ਚਾਹੀਦਾ, ਔਰ ਫਿਰ ਟਾਈਮ ਬਿਤਾਉਣ ਵਾਸਤੇ ਇਹ ਨਹੀਂ ਕਿ ਇਕੱਲੇ ਬੈਠੇ ਰਹੋ, ਗੋ ਆਊਟ, ਮੀਟ ਫਰੈਂਡਸ, ਜੋ ਵੀ ਜਾਣਦਾ, ਉਹ ਤਾਂ ਇੱਥੇ ਫਿਜ਼ੀਕਲੀ ਮਿਲਣਾ ਵੀ ਬੜਾ ਜ਼ਰੂਰੀ ਹੈ, ਐਂਡ ਫੋਨਾਂ ਦੇ ਉੱਤੇ ਵੀ ਆਪਣੇ ਜੋ ਵੀ ਤੁਹਾਨੂੰ ਯੂ ਨੋ ਕਲੋਜ਼ ਹੈਗੇ ਹੈ। ਲੈਟ ਮੀ ਟੇਕ ਵਨ ਮੋਰ ਕਾਲ ਐਂਡ ਦੈਨ ਸੀ। ਹੈਲੋ, ਹਾਂਜੀ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਕਾਲਿੰਗ, ਦੱਸੋ ਜੀ। ਹਾਂਜੀ ਅਰਵਿੰਦ ਜੀ, ਦੇਖੋ ਮਤਲਬ ਕਿ ਇਹ ਅਨਫੋਰਚੂਨੇਟ ਦਾ ਦੋਹਾਂ ਲਈ ਬਦਕਿਸਮਤੀ ਦੀ ਗੱਲ ਹੈਗੀ ਆ ਕਿ ਇੱਧਰ ਆਏ ਤੇ ਪਿੱਛੋਂ ਇਹ ਹਾਲਾਤ ਬਣ ਗਏ ਕਿ ਬੇਟਾ ਚੱਲ ਗਿਆ ਜੀ, ਤੇ ਇਹਨਾਂ ਦੇ ਲਈ ਵੀ ਉਹ ਜਿਹੜਾ ਹੈਗਾ ਉਹ ਘਾਤਕ ਤਾਂ ਹੈ ਅੰਦਰੋਂ ਅੰਦਰੋਂ, ਪਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਆਦਮੀ ਤੇ ਔਰਤ ਦਾ ਜਿਹੜਾ ਮੌਤ ਨਾਲ ਡੀਲ ਕਰਨ ਦਾ ਹਰ ਇੱਕ ਦਾ ਆਪਣਾ ਆਪਣਾ ਐਕਸਪੀਰੀਅੰਸ ਔਰ ਡਿਫਰੈਂਟ ਆ, ਹਨਾ। ਤੇ ਹੁਣ ਜਿਵੇਂ ਜਿੱਦਾਂ ਭੈਣ ਜੀ ਹੁਣਾਂ ਨੂੰ ਇਸ ਚੀਜ਼, ਆਈ ਥਿੰਕ ਮੈਨੂੰ ਇਸ ਤਰ੍ਹਾਂ ਕੁਛ ਲੱਗਦਾ ਕਿ ਜਿੱਦਾਂ ਇਹ ਜਦੋਂ ਇਹਨਾਂ ਨਾਲ ਗੱਲ ਵੀ ਸ਼ਾਇਦ ਕਰਦੇ ਹੁਣ ਉਹ, ਤੇ ਇਹ ਉਹਨਾਂ ਨੂੰ ਮੋਰਿਓ ਕਹਿ ਦੇਣੇ ਹੁਣ ਕਿ ਮਤਲਬ ਸਭ ਨਾਲ ਵਰਤਣਾ ਜਾਂ ਕਿਵੇਂ ਵੀ ਹੈ, ਜਿੱਦਾਂ ਸਾਨੂੰ ਡੀਲ ਕਰਨਾ ਪੈਣਾ, ਪਰ ਉਹ ਜਦੋਂ ਔਰਤ ਜਿਹੜੀ ਹੈਗੀ ਆ ਉਹਦੇ ਨਾਲ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੂੰ ਗੱਲ ਕਰਨ ਲਈ ਕੋਈ ਕੋਈ ਖਾਸ ਬੰਦਾ ਨਹੀਂ ਸੀ ਜਿਹਨਾਂ ਦਿਲ ਦੀ ਗੱਲ ਕਰਦੇ ਜੀ, ਬਿਲਕੁਲ। ਤੇ ਉਹ ਇਸ ਕਰਕੇ ਉਹ ਮਤਲਬ ਲੱਗਦਾ ਗੁਰਵਾਣੇ ਵਾਲੇ ਪਾਸੇ ਗਏ, ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹ ਹਰ ਵੇਲੇ ਪਾਠ ਕਰਦੇ ਰਹਿੰਦੇ ਆ, ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਇੱਕ ਤਰੀਕੇ ਨਾਲ ਉਸ ਪਾਸੇ ਥੋੜਾ ਸਮਝਾ ਤਾਂ ਲਿਆ, ਪਰ ਗਰੀਫ ਅੰਦਰੋਂ ਜਿਹੜਾ ਨਾ ਉਹ ਨਿਕਲੇ ਜੇ ਕਿਵੇਂ, ਕਿਉਂਕਿ ਇਹਨਾਂ ਨਾਲ ਗੱਲ ਵੀ ਕੀ ਕਰਨ, ਇਹਨਾਂ ਨੂੰ ਗੱਲ ਕਰਦੇ ਹੋਣਗੇ ਤਾਂ ਇਹਨਾਂ ਦਾ ਆਪਣੇ ਹਿਸਾਬ ਨਾਲ ਮੈਨੂੰ ਲੱਗਦਾ ਉਹਨਾਂ ਨੂੰ ਜੋ ਜਿਹੜਾ ਕਹਿਣਾ ਚਾਹੁੰਦੇ ਹੋਗੇ ਉਹ ਕਹਿੰਦੇ ਹੋਗੇ, ਪਰ ਉਹ ਆਪਣੇ ਦਿਲ ਦੀ ਗੱਲ ਇਹਨਾਂ ਨਾਲ ਕਰ ਸਕਦੇ ਜੀ ਜੀ ਜੀ। ਇਸ ਕਰਕੇ ਜਿਵੇਂ ਬਾਕੀ ਸਾਹਿਬ ਨੇ ਕਿਹਾ, ਆਈ ਥਿੰਕ ਇਹਨਾਂ ਦੇ ਲਈ ਵੀਰ ਜੀ ਲਈ ਇਹੀ ਸਭ ਤੋਂ ਵੱਡੀ ਚੀਜ਼ ਆ ਕਿ ਇਹ ਆਪ ਬੈਠ ਕੇ ਸੋਚਣ ਕਿ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਰਕੇ ਇਹ ਪਰੇਸ਼ਾਨ ਆ, ਜਿਹੜੇ ਮੇਰੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੇ। ਕੋਈ ਮੈਂ ਤਾਂ ਨਹੀਂ ਇਹੋ ਜਿਹੇ ਮੂਹਰਿਓ ਗੱਲ ਕਰ ਰਿਹਾ ਕਿ ਉਹ ਮੇਰੇ ਨਾਲ ਸ਼ੀਜ਼ ਨਾਟ ਓਪਨ ਵਿਦ ਮੀ, ਇਹ ਜਿਹੜੀ ਚੀਜ਼ ਆ। ਔਰ ਜਿਸ ਜੇ ਮਤਲਬ ਡੈਫੀਨੇਟਲੀ ਕਾਉਂਸਲਿੰਗ ਕਿਸੇ ਦੇ ਨਾਲ ਵੀ ਜਾ ਕੇ ਗੱਲ ਕਰਨ ਕਿ ਮੈਂ ਕਿਵੇਂ ਇਹਨਾਂ ਦੀ ਮਦਦ ਕਰਾਂ, ਉਹਨਾਂ ਨੂੰ ਪੁੱਛਣ ਕਿ ਮੈਂ ਤੇਰੀ ਕਿਵੇਂ ਹੈਲਪ ਕਰ ਸਕਦਾ, ਉਹ ਡਾਇਰੈਕਟਲੀ ਇਹ ਸਾਡੀ ਜਿਹੜੀ ਉਹਨਾਂ ਨੂੰ ਪਤਾ ਹੋਊਗਾ ਕਿ ਪਹਿਲਾਂ ਕਿਹੋ ਜਿਹੇ ਕਨਵਰਸੇਸ਼ਨ ਸੀ ਉਹਨਾਂ ਦੀ ਆਪਸ ਚ ਕਿ ਹੁਣ ਕਿੰਨੀ ਚੇਂਜ ਆਈ ਆ, ਉਹਨਾਂ ਗੱਲ ਕਰਨ ਕਿ ਅਸੀਂ ਆਪਾਂ ਕਿੱਥੇ ਦੇ ਕਿੱਥੇ ਚਲੇ ਗਏ, ਜੋ ਪ੍ਰਮਾਤਮਾ ਨੇ ਲਿਖਿਆ ਉਹ ਤਾਂ ਮੋੜ ਨਹੀਂ ਸਕਦੇ, ਉਹ ਤਾਂ ਸਾਨੂੰ ਸਾਰਿਆਂ ਨੂੰ ਇਸ ਚੀਜ਼ ਲਈ ਹਰ ਕਦਮ ਤੇ ਯਾਦ ਰੱਖਣਾ ਪੈਣਾ ਕਿ ਮੌਤ ਜਿਹੜੀ ਆ ਉਹ ਤਾਂ ਇੱਕ ਅਟਲ ਸੱਚਾਈ ਆ ਜੀ, ਬੱਚੇ ਦੀ, ਮਾਂ ਬਾਪ ਦੀ, ਪੁੱਤਰ ਦੀ, ਧੀਆਂ ਦੀ, ਪਤੀ ਦੀ, ਪਤਨੀ ਦੀ ਕਦੇ ਵੀ ਆ ਸਕਦੀ ਆ ਜੀ। ਔਰ ਇਹ ਚੀਜ਼ ਜਿਹੜੀ ਆ ਇਹ ਬਾਰ ਬਾਰ ਸਗੋਂ ਇੱਕ ਦੂਜੇ ਨੂੰ ਸਾਨੂੰ ਯਾਦ ਕਰਾਉਣਾ ਚਾਹੀਦਾ ਕਿ ਇਹ ਅਟਲ ਸੱਚਾਈ ਆ, ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਪ੍ਰਮਾਤਮਾ ਵਾਲੇ ਪਾਸੇ ਲੱਗ ਕੇ ਇੰਨਾ ਇੰਨਾ
ਨਾ ਆਪਣੇ ਆਪ ਨੂੰ ਕਰ ਲਈਏ ਕਿ ਆਪਣੀ ਜ਼ਿੰਦਗੀ ਦੀ ਜਿਹੜੀ ਅਹਿਮੀਅਤ ਹੈ ਉਹਨੂੰ ਵੀ ਘਟਾ ਲਈਏ। ਸੋ ਅੱਜ ਦਾ ਇਹ ਕੋਸ਼ਿਸ਼ ਕਰਨ, ਉਹਨਾਂ ਦੇ ਨਾਲ ਡਾਇਰੈਕਟਲੀ ਗੱਲ ਕਰਨ, ਆਪਣੇ ਹਉਮੈ ਨੂੰ ਛੱਡ ਕੇ ਗੱਲ ਕਰਨ, ਕਿਉਂਕਿ ਇੱਥੇ ਹੋਰ ਕੁਛ ਨਹੀਂ ਆ, ਸਭ ਸੁਪਨੇ ਨੇ ਆਈਆਂ। ਉਹਨਾਂ ਦੀ ਇੱਜ਼ਤ ਤੇ ਆਪਣੀ ਇੱਜ਼ਤ ਤੇ ਆਪਣੇ ਦੋਨਾਂ ਦਾ ਪਿਆਰ ਤੇ ਆਪਣਾ ਪਿਆਰ ਜਿਹੜਾ ਉਹਨੂੰ ਅਹਿਮੀਅਤ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੁਦਰਸ਼ਨ ਜੀ, ਬਿਲਕੁਲ ਸੋਰੀ ਸਤਵੰਤ ਜੀ, ਬਿਲਕੁਲ ਉਹੀ ਓਵਰਆਲ ਇਹ ਐਕਸੈਪਟੈਂਸ ਕਿ ਪਾਉਣਾ, ਕਿਉਂਕਿ ਜਦੋਂ ਅਸੀਂ ਉਂਗਲ ਕਹਿੰਦੇ ਨਾ ਬਲੇਮ ਕਿ ਉਹ ਮੇਰੀ ਗਲਤੀ ਨਹੀਂ ਸੀ ਜਾਂ ਉਹ ਸੋਚ ਰਹੇ ਨੇ ਥੋੜ੍ਹੀ ਬਹੁਤ ਤੁਹਾਡੀ ਗਲਤੀ ਹੈ ਜਾਂ ਮੇਰੀ ਆਪਣੀ, ਜੇ ਈਵਨ ਤੁਸੀਂ ਬਲੇਮ ਆਪਣੇ 'ਤੇ ਲੈ ਰਹੇ ਹੋ ਕਿ ਨਹੀਂ ਮੇਰੀ ਗਲਤੀ ਹੈ, ਉਹ ਵੀ ਨਹੀਂ। ਇੱਕ ਇਹ ਐਕਸੈਪਟੈਂਸ ਚਾਹੀਦੀ ਹੈ ਇਸ ਵੇਲੇ, ਜਿਹੜਾ ਮੈਂ ਕਿਹਾ ਕਿ ਗਰੀਫ ਦਾ ਤਕਰੀਬਨ ਲਾਸਟ ਇਹੀ ਹੁੰਦਾ ਸਟੇਜ, ਐਕਸੈਪਟੈਂਸ ਐਂਡ ਦੈਨ ਹੋਪ ਕਿ ਨਹੀਂ ਹੁਣ ਅੱਗੇ ਤੋਂ ਕੀ ਕਰਨਾ। ਸੋ ਉਹ ਇਹਨਾਂ ਨੂੰ ਜ਼ਰੂਰ ਲਿਆਉਣਾ ਪਏਗਾ। ਔਰ ਬੈਸਟ ਤਰੀਕਾ, ਅਗਰ ਮਤਲਬ ਸੁਜੈਸ਼ਨ ਦੇ ਹਿਸਾਬ ਨਾਲ ਬੈਸਟ ਤਰੀਕਾ ਇਹ ਹੈ ਕਿ ਸਾਰਾ ਉਹਨਾਂ ਨੂੰ ਫੋਕਸ ਕਰਾਉਣ ਕਿ ਮੇਰਾ ਧਿਆਨ ਹੁਣ ਸਿਰਫ ਤੇਰਾ ਹੈ, ਇਹ ਨਹੀਂ ਕਿ ਮੈਨੂੰ ਆਪਣਾ ਫਿਕਰ ਪਿਆ ਹੋਇਆ ਕਿ ਮੈਂ ਇਕੱਲਾ ਹੋ ਗਿਆ, ਮੈਨੂੰ ਤੇਰਾ ਫਿਕਰ ਹੈ। ਤੂੰ ਦੱਸ, ਤੂੰ ਜਿੰਝ ਚਾਹੇਂਗੀ ਨਾ, ਜਿਵੇਂ ਸਤਵੰਤ ਜੀ ਨੇ ਕਿਹਾ ਕਿ ਬਾਕੀਆਂ ਨੂੰ ਪੁੱਛਣਾ ਨਾ, ਤੂੰ ਮੇਰੇ ਤੋਂ ਕੀ ਚਾਹੁੰਦੀ ਹੈ, ਮੈਂ ਕਿਸ ਤਰ੍ਹਾਂ ਹੈਲਪ ਕਰ ਸਕਦਾ ਤੇਰੀ, ਮੈਨੂੰ ਦੱਸ। ਸੋ ਦੈਟ ਸ਼ੀ ਅੰਡਰਸਟੈਂਡਸ ਦੈਟ ਓਕੇ, ਹੁਣ ਤੱਕ ਨਹੀਂ ਕੀਤਾ, ਸ਼ਾਇਦ ਬੜੇ ਸਰਪ੍ਰਾਈਜ਼ ਹੋ ਜਾਣ ਕਿ ਕੀ ਹੁਣ ਕੀ ਹੋਇਆ। ਅਤੇ ਟਰਾਂਸਫਰਮੇਸ਼ਨ ਸਾਰਿਆਂ ਦੀ, ਮੈਂ ਪਹਿਲੇ ਵੀ ਕਿਹਾ, ਦੀਜ਼ ਆਰ ਦਾ ਮੂਮੈਂਟਸ ਜਿੱਥੇ ਟਰਾਂਸਫਰਮੇਸ਼ਨ ਹੁੰਦੀ ਹੈ। ਔਰ ਸ਼ਾਇਦ ਕਿਉਂਕਿ ਅਸੀਂ ਉਸ ਲੇਡੀ ਨਾਲ ਗੱਲ ਨਹੀਂ ਕੀਤੀ ਹੋਈ ਕਿ ਉਹਦੀ ਟਰਾਂਸਫਰਮੇਸ਼ਨ ਹੋਈ ਹੈ, ਉਹਦੇ ਯੂ ਨੋ ਉਹਨੇ ਕਿਹਾ ਜ਼ਿੰਦਗੀ ਸਾਰਾ ਕੁਛ ਬਕਵਾਸ ਹੈ, ਪਰ ਫਿਰ ਵੀ ਕੁਛ ਇਹਨਾਂ ਦੀਆਂ ਗੱਲਾਂ ਤੋਂ ਜ਼ਰੂਰ ਲੱਗਦਾ ਕਿ ਉਹਨਾਂ ਨੂੰ ਇਹਨਾਂ ਨਾਲ ਥੋੜ੍ਹਾ ਗੁੱਸਾ ਹਾਲੇ ਬਾਕੀ ਹੈ। ਸੋ ਉਹਨਾਂ ਨੂੰ ਇਹ ਯਾਦ ਕਰਾ ਸਕਦੇ ਹੋ ਕਿ ਹਾਂ ਮੈਂ ਵੀ ਅੱਜ ਦੀ ਘੜੀ ਤੋਂ ਲੈਟਸ ਸਟਾਰਟ ਅ ਨਿਊ ਲਾਈਫ, ਠੀਕ ਹੋ ਗਿਆ ਮੇਰੇ ਤੋਂ ਵੀ ਜੋ ਹੋਇਆ, ਮੈਂ ਤੈਨੂੰ ਗੁੱਸਾ ਸੋਚ ਰਿਹਾ, ਮੇਰਾ ਆਪਣਾ ਤਰੀਕਾ ਸੀ ਡੀਲ ਕਰਨ ਦਾ, ਸ਼ਾਇਦ ਮੈਂ ਤੇਰੇ ਵਾਲਾ ਨਹੀਂ ਸਮਝ ਰਿਹਾ ਸੀ, ਹੁਣ ਇੱਕ ਦੂਜੇ ਦੀ ਮਦਦ ਕਰੀਏ ਅਤੇ ਦੱਸ ਕੀ ਕਰੀਏ। ਐਂਡ ਆਈ ਥਿੰਕ ਇਟ ਵਿਲ ਹੈਲਪ, ਫਰੈਂਡ ਨੂੰ ਇਨਵੋਲਵ ਕਰਨਾ, ਕਮਿਊਨਿਟੀ ਨੂੰ ਇਨਵੋਲਵ ਕਰਨਾ, ਉਸ ਬੱਚੇ ਦੇ ਨਾਮ 'ਤੇ ਕੋਈ ਸੈਰੇਮਨੀ ਕੁਛ ਸੈਲੀਬ੍ਰੇਟ ਕਰਨਾ, ਮਤਲਬ ਇੱਕ ਇਕੱਠੇ ਹੋ ਕੇ ਉਸਦੇ ਨਾਮ 'ਤੇ ਬਾਰ ਬਾਰ ਉਹਦੀ ਗੱਲ ਕਰਨੀ। ਐਂਡ ਦੈਨ ਯੂ ਨੋ ਇਹਨਾਂ ਵਾਸਤੇ ਜ਼ਰੂਰ ਕਿ ਤੁਸੀਂ ਪੂਰਾ ਧਿਆਨ, ਕਿ ਮੈਨੂੰ ਤੇਰਾ ਫਿਕਰ ਹੈ, ਦੱਸ ਤੇਰੇ ਵਾਸਤੇ ਕੀ ਕਰ ਸਕਦੀ ਹਾਂ, ਲੈ ਕੇ ਜਾਣਾ ਕਿਤੇ, ਧਿਆਨ ਰੱਖਣਾ ਉਹਨਾਂ ਦਾ, ਦੈਟ ਇਜ਼ ਗੋਇੰਗ ਟੂ ਹੀਲ ਹਰ। ਅੱਜ ਵਾਸਤੇ ਇੰਨਾ ਹੀ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ, ਸਤਿ ਸ਼੍ਰੀ ਅਕਾਲ।